ਆਪਲੇ ਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਆਵਤ ਜਾਤੇ ਬੇਨਵਾ ਸਭ ਪਰ ਕਰਹਿ ਆਵਾਜ਼ ਕਿਤ ਕਮੁ ਲਾਨਨ ਸੰਗ ਭੀ ਕਰਹਿ ਤਰਕਨਾ ਸਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਸੱਚਖੰਡ ਵਿੱਚ ਬੈਠੇ ਹੋ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ ਲਖ ਸਿਸ਼ੀਰ ਲਖ ਭਾਨ ਕਿਰਨ ਠਰੂਰ ਹੈ ਸਿਸ਼ੀਰ ਚੰਦਰਮਾ ਨੂੰ ਕਹਿੰਦੇ ਹਨ ਭਾਨ ਸੂਰਜ ਨੂੰ ਕਹਿੰਦੇ ਹਨ ਲੱਖਾਂ ਸੂਰਜ ਤੇ ਲੱਖਾਂ ਚੰਦਰਮਾ ਦੀਆਂ ਕਿਰਨਾਂ ਸਾਧ ਸੰਗਤ ਦੇ ਨੂਰ ਦੇ ਸਾਹਮਣੇ ਮੱਧਮ ਪੈ ਜਾਂਦੀਆਂ ਹਨ ਜਿਹੜਾ ਨੂਰ ਇੱਥੇ ਮਿਲਦਾ ਹੈ ਜਿਹੜੀ ਰੋਹਾਨੀਅਤ ਦਾ ਪ੍ਰਕਾਸ਼ ਇੱਥੇ ਹੁੰਦਾ ਹੈ ਉਹ ਲੱਖਾਂ ਸੂਰਜ ਨਹੀਂ ਕਰ ਸਕਦੇ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਆਪ ਜੀ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰਨ ਵਾਸਤੇ ਗੁਰੂ ਪਾਤਸ਼ਾਹ ਦੀ ਗੋਦ ਵਿੱਚ ਬੈਠੇ ਹੋ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ ਹਰ ਰੋਜ਼ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਸਮੇਂ ਦਾ ਇਤਿਹਾਸ ਚੱਲ ਰਿਹਾ ਹੈ। ਕੁਝ ਦਿਨਾਂ ਤੋਂ ਲੜੀਵਾਰ ਕਥਾ ਭਾਈ ਸਾਹਿਬ ਜੀ ਨੇ ਜਿਹੜੇ ਗੁਰੂ ਘਰ ਨਾਲ ਸੰਬੰਧਿਤ ਪ੍ਰਸੰਗ ਸਨ ਉਹ ਜ਼ਰੂਰੀ ਦੱਸਣੇ ਹੁੰਦੇ ਆ। ਕੋਈ ਵੀ ਇਤਿਹਾਸ ਲਿਖਣਾ ਹੋਵੇ ਪੂਗੋਲਕੀ ਪ੍ਰਸਥਿਤੀ ਦੱਸਣੀ ਪੈਂਦੀ ਆ ਵੀ ਉਹ ਕਿਹੜਾ ਇਲਾਕਾ ਸੀ ਉੱਥੋਂ ਦਾ ਵਾਤਾਵਰਣ ਕਿਦਾਂ ਦਾ ਸੀ ਉੱਥੋਂ ਦੀ ਗਰਮੀ ਸਰਦੀ ਮੌਸਮ ਕਿਦਾਂ ਦੀ ਸੀ ਰਹਿਣ ਸਹਿਣ ਲੋਕਾਂ ਦਾ ਕਿਦਾਂ ਦਾ ਸੀ ਖਾਣ ਪੀਣ ਕਿਦਾਂ ਦਾ ਸੀ ਬੋਲੀ ਕਿਹੜੀ ਬੋਲਦੇ ਸਨ ਉਸ ਵੇਲੇ ਰਾਜਨੀਤੀ ਦਾ ਵਰਤਾਰਾ ਕੀ ਸੀ ਸਮਾਜ ਦੇ ਵਿੱਚ ਰਾਜਨੀਤੀ ਦਾ ਪ੍ਰਭਾਵ ਕੀ ਸੀ ਇਹ ਗੱਲਾਂ ਦੱਸਣੀਆਂ ਤਾਂ ਇਤਿਹਾਸ ਪੂਰਾ ਹੁੰਦਾ ਹੈ ਇਸ ਕਰਕੇ ਔਰੰਗਜ਼ੇ ਬਾਦਸ਼ਾਹ ਦਾ ਰਾਜ ਸ਼ੁਰੂ ਹੋਇਆ ਤੇ ਉਹਨੇ ਜਿਹੜੇ ਜ਼ੁਲਮ ਕੀਤੇ ਉਹਦਾ ਪ੍ਰਸੰਗ ਕਵੀ ਜੀ ਨੇ ਛੇੜਿਆ ਹੈ ਕਿਉਂਕਿ ਜੇ ਜ਼ੁਲਮ ਕਰੇਗਾ ਤਾਂ ਹੀ ਖਾਲਸਾ ਪੈਦਾ ਹੋਵੇਗਾ ਉਹਦੀਆਂ ਜੜਾਂ ਪੁੱਟੇਗਾ ਸੋ ਜ਼ੁਲਮ ਕਰਨ ਵਾਲਾ ਜ਼ਾਲਮ ਇਸ ਸਾਰੇ ਇਤਿਹਾਸ ਦਾ ਕਾਰਨ ਬਣ ਗਿਆ ਔਰੰਗਜ਼ੇਬ ਕਿਵੇਂ ਉਸਨੇ ਲੋਕਾਂ ਉੱਤੇ ਜ਼ੁਲਮ ਕੀਤੇ ਆਪਣੀ ਦੇਸ਼ ਵਾਸੀਆਂ ਉੱਤੇ ਆਪਣੀ ਭਰਾਵਾਂ ਉੱਤੇ ਆਪਣੀ ਸਮਾਜ ਉੱਤੇ ਜ਼ੁਲਮ ਢਾਏ ਕੇਵਲ ਆਪਣੀ ਮੂਰਖਤਾ ਦੇ ਕਾਰਨ ਵੀ ਜਿਹੜਾ ਧਰਮ ਮੈਂ ਕਹਿੰਨਾ ਏਦਾਂ ਮੰਨੋ ਮੇਰੀ ਸ਼ਰਧਾ ਦੇ ਮੁਤਾਬਕ ਚੱਲੋ ਹਾਲਾਂਕਿ ਕਿਸੇ ਮਹਾਂਪੁਰਸ਼ ਨੇ ਕਿਸੇ ਅਵਤਾਰ ਪੀਰ ਪੈਗੰਬਰ ਨੇ ਏਦਾਂ ਦੀ ਸਿੱਖਿਆ ਦਿੱਤੀ ਨਹੀਂ ਜੇ ਕਿਸੇ ਨੇ ਦਿੱਤੀ ਹੋਵੇ ਤੇ ਉਹਨੂੰ ਸਾਧ ਸੰਗਤ ਜੀ ਮਹਾਂਪੁਰਸ਼ ਕੋ ਆਣ ਦਾ ਹੱਕ ਨਹੀਂ ਕਿਉਂਕਿ ਮਹਾਂਪੁਰਸ਼ ਤਾਂ ਸਰਬੱਤ ਦਾ ਭਲਾ ਮੰਗਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲਪੁਰਖ ਪਰਮੇਸ਼ਰ ਦੇ ਪੈਗੰਬਰ ਅਵਤਾਰ ਕਿਸੇ ਨੂੰ ਵੀ ਬੈਰ ਵਿਰੋਧ ਨਹੀਂ ਕੀਤਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਜੋਗੀਆਂ ਨਾਲ ਵੀ ਗੱਲਬਾਤ ਕੀਤੀ ਐ ਮੁਸਲਮਾਨਾਂ ਨਾਲ ਵੀ ਕੀਤੀ ਐ ਕਾਜ਼ੀਆਂ ਮੁਲਾਣਿਆਂ ਨਾਲ ਕੀਤੀ ਐ ਪੀਰਾਂ ਪਗੰਬਰਾਂ ਨਾਲ ਕੀਤੀ ਐ ਹਿੰਦੂਆਂ ਦੇ ਬੜੇ ਬੜੇ ਵਿਦਵਾਨਾਂ ਪੜਤਾਂ ਸਾਧੂਆਂ ਸੰਨਿਆਸੀਆਂ ਬੈਰਾਗੀਆਂ ਜੋਗੀਆਂ ਜੰਗਮਾਂ ਨਾਲ ਗੱਲ ਕੀਤੀ ਐ ਸਭ ਨੂੰ ਪ੍ਰਿਆਰ ਨਾਲ ਹੀ ਜਿੱਤ ਲਿਆ ਹੈ ਉਰੰਗਜੀਬ ਪਿਆਰ ਨਾਲ ਨਹੀਂ ਜਿੱਤ ਸਕਿਆ ਬਲਕਿ ਤਲਵਾਰ ਨਾਲ ਜਿੱਤਣਾ ਚਾਹੁੰਦਾ ਸੀ ਉਸ ਨੇ ਆਪਣੇ ਦੇਸ਼ ਦੇ ਸੰਤਾਂ ਫਕੀਰਾਂ ਸੂਫੀਆਂ ਉੱਤੇ ਵੀ ਜ਼ੁਲਮ ਕੀਤੇ ਗੱਲ ਆਪਾਂ ਸੁਣਈਆਂ ਕਿਵੇਂ ਸੂਫੀ ਸੰਤਾਂ ਨੂੰ ਕਿਵੇਂ ਬੇਨਮੇ ਫਕੀਰਾਂ ਨੂੰ ਪਰੇਸ਼ਾਨ ਕਰਦਾ ਸੀ ਆਓ ਇਸ ਤੋਂ ਅਗਲੀ ਕਥਾ ਸੁਣੀਏ ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪ ਤਾਂ ਜਾਤੇ ਬੇਨਵਾ ਜਿਹੜੇ ਬੇਨਵੇਂ ਫਕੀਰ ਹੁੰਦੇ ਸਾਤ ਸੰਗਤ ਜੀ ਮੁਸਲਮਾਨਾਂ ਚ ਬੜੇ ਫਿਰਕੇ ਹਨ ਬੜੀਆਂ ਸੰਪਰਦਾਵਾਂ ਹਨ ਵੱਖਰੇ ਵੱਖਰੇ ਮਾਤਮਤਾਂਤਰ ਹਨ ਉਹਨਾਂ ਵਿੱਚੋਂ ਇੱਕ ਉਹਨਾਂ ਦੇ ਅੰਦਰ ਬੇਨਵੇਂ ਫਕੀਰਾਂ ਦੀ ਸੰਪਰਦਾ ਸੂਫੀਆਂ ਦੀ ਜਿਵੇਂ ਸੰਪਰਦਾ ਹੈ ਇਦਾਂ ਬੇਨਵੇਂ ਫਕੀਰ ਹੁੰਦੇ ਐ ਜਿਹੜੇ ਆਉਂਦੇ ਜਾਂਦੇ ਹਰ ਬੰਦੇ ਦਾ ਮੁਖੌਲ ਬਣਾ ਦਿੰਦੇ ਆ ਜਿਵੇਂ ਸਿੱਖਾਂ ਵਿੱਚ ਵੀ ਇੱਕ ਸੁਥਰਿਆਂ ਦੀ ਸੰਪਰਦਾ ਚੱਲੀ ਸੀ ਹੁਣ ਵੀ ਹੈ ਪਰ ਉਦਾਸੀ ਸੰਪਰਦਾ ਬਹੁਤ ਘਟ ਗਈ ਹੈ ਭਾਈ ਸੁਥਰਾ ਗੁਰੂ ਸਾਹਿਬ ਜੀ ਦੇ ਸਮੇਂ ਬ੍ਰਹਮ ਗਿਆਨੀ ਮਹਾਂਪੁਰਸ਼ ਹੋਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੰਜ ਪਾਛੀਆਂ ਦੀ ਉਸ ਨੇ ਸੰਗਤ ਕੀਤੀ ਹੈ ਤੇ ਜਿਹੜੇ ਵੀ ਬੰਦੇ ਤੇ ਉਹਨੇ ਕੋਈ ਸਮਾਜ ਦੇ ਉੱਤੇ ਕੁਰੀਤੀ ਦਾ ਕੋਈ ਕਰਨਾ ਹੁੰਦਾ ਸੀ ਉਹਨੂੰ ਬੜੇ ਵਿਅੰਗ ਦੇ ਢੰਗ ਨਾਲ ਹਾਸੀ ਦੇ ਵਿੱਚ ਪਾ ਕੇ ਤੇ ਉਹ ਗੱਲ ਸਮਝਾ ਦਿੰਦਾ ਸੀ ਉਹਦੀ ਜਿਹੜੀ ਸੰਪਰਦਾ ਚੱਲੀ ਸੀ ਉਹ ਸੁਥਰੇ ਸ਼ਾਈ ਉਹ ਵੀ ਇਦਾਂ ਕਰਿਆ ਕਰਦੇ ਸੀ ਹੁਣ ਵੀ ਕਿਤੇ ਕਿਤੇ ਉਹ ਸਾਧੂ ਫਿਰਦੇ ਨੇ ਹੱਥ 'ਚ ਦੋ ਡੰਡੇ ਫੜੇ ਹੁੰਦੇ ਨੇ ਡੰਡੇ ਵਜਾ ਕੇ ਮੰਗਦੇ ਨੇ ਤੇ ਕਹਿੰਦੇ ਨੇ ਹਰਦਮ ਨਾਨਕ ਸ਼ਾ ਧਰਮ ਦਾ ਬੇੜਾ ਬੰਨੇ ਲਾ ਇਹ ਉਹਨਾਂ ਦਾ ਬੋਲਾ ਹੈ ਸੋ ਜਿਹੜੀ ਬੇਨਵਾਂ ਦੀ ਸੰਪਰਦਾਸੀ ਉਹ ਮੁਸਲਮਾਨਾਂ ਵਿੱਚ ਸੀ ਉਹ ਕੀ ਕਰਦੇ ਸਨ ਕਵੀ ਜੀ ਲਿਖਦੇ ਆਵਤ ਜਾਤ ਜਾਵਤ ਬੇਨਵਾਂ ਬੇਨਵੇਂ ਆਉਂਦੇ ਜਾਂਦੇ ਕਿਸੇ ਉੱਤੇ ਵੀ ਕਟਾਕਸ਼ ਕਰ ਦਿੰਦੇ ਸਨ ਸਭ ਪਰ ਕਰਹ ਆਵਾਜ਼ ਸਾਰਿਆਂ ਦੀ ਆਵਾਜ਼ ਦੇ ਦਿੰਦੇ ਸੀ ਸਾਰਿਆਂ ਨੂੰ ਟੋਕ ਦਿੰਦੇ ਸੀ ਸਾਰਿਆਂ ਨੂੰ ਪੁੱਛ ਲੈਂਦੇ ਸੀ ਸਾਰਿਆਂ ਦਾ ਮਜ਼ਾਕ ਉਡਾ ਦਿੰਦੇ ਸੀ ਕਹਤ ਕਮ ਲਾਨਨ ਸੰਗ ਪੀ ਤੇ ਕਈ ਮੁਲਾਣਿਆਂ ਨਾਲ ਵੀ ਉਹਨਾਂ ਦੀ ਬਹਿਸ਼ਬਾਜ਼ੀ ਹੁੰਦੀ ਸੀ ਮੁਲਾਣੇ ਮਸੀਤਾਂ ਦੇ ਵਿੱਚ ਕਾਬਜ ਸਨ ਤੇ ਉਹ ਫਕੀਰਾਂ ਸੰਤਾਂ ਨੂੰ ਸ਼ਰਹ ਦੇ ਉੱਤੇ ਚਲਾਉਣਾ ਚਾਹੁੰਦੇ ਸਨ ਤੇ ਫਕੀਰ ਜਿਹੜੇ ਨੇ ਇਹ ਸ਼ਰਹ ਤੋਂ ਬਾਹਰ ਹੁੰਦੇ ਨੇ ਉਹ ਪ੍ਰਵਾਹ ਨਹੀਂ ਕਰਦੇ ਕਿਸੇ ਦੀ ਬਣਾਈ ਸ਼ਰਾਂ ਤੇ ਉਹ ਆਪਣੀ ਮੋਜ ਵਿੱਚ ਰਹਿੰਦੇ ਇਸ ਕਰਕੇ ਮੁਲਾਣਿਆਂ ਦੇ ਨਾਲ ਵੀ ਨਾਂ ਦੀ ਟੀਚਰ ਬਾਜੀ ਚਲਦੀ ਰਹਿੰਦੀ ਸੀ। ਘਰਹ ਤਰਕ ਨਾ ਸਾਜ ਲੋਕ ਚੋਕ ਕਰਦੇ ਸਨ ਮੁਲਾਣਿਆਂ ਦੇ ਉੱਤੇ ਵੀ ਕਟਾਕਸ਼ ਕਰਦੇ ਸਨ ਕਿਉਂਕਿ ਮੁਲਾਣੇ ਜਿਹੜੇ ਸਨ ਅੰਦਰੋਂ ਖਾਲੀ ਸਨ। ਅੰਦਰ ਕੋਈ ਭਗਤੀ ਕੋਈ ਸਿਮਰਨ ਕੋਈ ਪਿਆਰ ਕੋਈ ਰੱਬ ਦਾ ਰੰਗ ਨਹੀਂ ਸੀ ਚੜਿਆ ਹੋਇਆ। ਬਸ ਮਸੀਤਾਂ ਤੇ ਕਬਜ਼ਾ ਕਰਕੇ ਲੋਕਾਂ ਤੋਂ ਪੂਜਾ ਕਰਾਣੀ ਜਿਵੇਂ ਹਿੰਦੂਆਂ ਚ ਪੁਜਾਰੀ ਬਾਦ ਤੇ ਮੁਸਲਮਾਨਾਂ ਵਿੱਚ ਮੁਲਾਣਾ ਬਾਦ بس ਉਹੀ ਕੰਮ ਹੋ ਰਿਹਾ ਸੀ ਚਾਪਈ ਸਭਨ ਮੁਲਾਣੇ ਮਤੋਂ ਮਤਾਏ ਸਾਰੇ ਮੁਲਾਣਿਆਂ ਨੇ ਸਲਾਹ ਕੀਤੀ ਵੀ ਇਹ ਬੇਨਵੇਂ ਸਾਡੀ ਨੱਕ 'ਚ ਦੰਮ ਕਰਕੇ ਰੱਖਦੇ ਆ ਸਾਡਾ ਬੜਾ ਜਲੂਸ ਕਰਦੇ ਆ ਕਿਉਂਕਿ ਜਿਹੜੇ ਫਕੀਰ ਹੁੰਦੇ ਆ ਨਾ ਬੰਦੇ ਰੱਬ ਦੇ ਹੁੰਦੇ ਖਰੇ ਸੱਚੇ ਗੱਲ ਖਰੀ ਸੱਚੀ ਜਿਹੜੀ ਇਹਨਾਂ ਗਿੱਟਿਆਂ ਦੇ ਵੱਜਦੀ ਆ ਬਰਦਾਸ਼ਤ ਕਰਨੀ ਔਖੀ ਹੁੰਦੀ ਆ ਤੇ ਕਾਜੀ ਮੁਲਾਣਿਆਂ ਕੋਲੋਂ ਇਹ ਸੱਚੀ ਗੱਲ ਬਰਦਾਸ਼ਤ ਨਹੀਂ ਸੀ ਹੁੰਦੀ ਇਨਾ ਸਾਰਿਆਂ ਨੇ ਬੇਨਮਿਆਂ ਤੋਂ ਤੰਗ ਆ ਕੇ ਸਲਾਹ ਕੀਤੀ ਕਹਿਣ ਔਰੰਗਸੋਹੀਏ ਬੁਲਾਏ ਔਰੰਗਜੀਤ ਦੇ ਕੰਨ ਭਰਤੇ ਕਿ ਬਾਦਸ਼ਾਹ ਸਲਾਮਤ ਆ ਬੇਨਮਿਆਂ ਦੀ ਇੱਕ ਸੰਪਰਦਾ ਹੈ ਇਹ ਜਮਾਤ ਬੜੀ ਤੰਗ ਕਰਦੀ ਹੈ ਕਹਿੰਦੇ ਅਸੀਂ ਫਕੀਰਾਂ ਅਸੀਂ ਮੁਸਲਮਾਨ ਹਾਂ ਪਰ ਮੁਸਲਮਾਨਾਂ ਵਾਂਗ ਦੀ ਇੱਕ ਵੀ ਗੱਲ ਨਹੀਂ ਮੰਨਦੇ ਨਾ ਇਹ ਟਾਈਮ ਨਾਲ ਨਮਾਜ਼ ਪੜ੍ਹਦੇ ਐ ਨਾ ਪੂਜਾ ਪਾਠ ਨਾ ਮਸਜਿਦ ਚ ਆਉਂਦੇ ਨਾ ਸਾਨੂੰ ਮੰਨਦੇ ਬਲਕਿ ਸਾਡਾ ਤਾਂ ਜਲੂਸ ਕੱਢ ਦਿੰਦੇ ਇੱਕ ਅਦਾ ਬੇਨਮਾ ਫਕੀਰ ਸਾਰੇ ਸਾਰੇ ਮੋਲਾਣਿਆਂ ਨੂੰ ਅੱਗੇ ਲਾ ਲੈਂਦਾ ਗੱਲਾਂ ਬਾਤਾਂ ਵਿੱਚ ਤੇ ਜਵਾਬ ਸਾਡੇ ਕੋਲ ਆਉਂਦਾ ਕੋਈ ਨਹੀਂ ਇਹਨਾਂ ਨੂੰ ਕਿਰਪਾ ਕਰਕੇ ਕਾਬੂ ਕਰੀਏ ਕਰੇ ਸਮੂਹ ਇਕੱਠੇ ਸੋਏ ਔਰੰਗਜ਼ੇਬ ਨੇ ਹੁਕਮ ਦੇ ਕੇ ਸਾਰੇ ਬੇਨਮਿਆਂ ਨੂੰ ਇਕੱਠੇ ਕਰ ਲਏ ਪੁਲਿਸ ਭੇਜ ਦਿੱਤੀ ਫੌਜ ਭੇਜ ਦਿੱਤੀ ਤੇ ਜਾ ਕੇ ਜਿੱਥੇ ਜਿੱਥੇ ਬੇਨਮਿਆਂ ਦੇ ਡੇਰੇ ਸਨ ਟਿਕਾਣੇ ਸਨ ਉੱਥੋਂ ਫੜ ਕੇ ਲੈ ਆਂਦੇ ਸਾਰੇ ਹੀ ਚਲ ਆਏ ਮਿਲ ਕੇ ਸਭ ਕੋਏ ਜਦੋਂ ਬਾਦਸ਼ਾਹ ਨੇ ਸੱਦਿਆ ਵਿਚਾਰੇ ਨੂੰ ਆਉਣਾ ਪੈਣਾ ਸੀਗਾ ਪਹਿਲਾ ਦਾ ਸੂਫੀਆਂ ਦੀ ਕਲਾਸ ਲਾਈ ਸੀ ਹੁਣ ਬੇਨਵਿਆਂ ਦੀ ਲਾਤੀ ਬੇਨਵੇਂ ਫਕੀਰ ਸਾਰੇ ਲਾਲ ਕਿਲੇ ਵਿੱਚ ਦਿਵਾਨੇ ਆਮ ਵਿੱਚ ਖੜੇ ਕਰ ਲਏ ਨਿਕਟ ਹਕਾਰ ਬੂਜਨਾ ਕਰੀ Aurangzeb ਨੇ ਆਪਣੇ ਤਖਤ ਦੇ ਕੋਲ ਬਿਠਾ ਕੇ ਕੋਲ ਬੁਲਾ ਕੇ ਉਹਨਾਂ ਨੂੰ ਪੁੱਛਿਆ ਸ਼ਰਾ ਬਹਿਰ ਤਮ ਕਿਉ ਮਤ ਧਰੀ ਆ ਵੀ ਫਕੀਰ ਸਾਈ ਤੁਸੀਂ ਸ਼ਰਾ ਤੇ ਕਿਉ ਨਹੀਂ ਚੱਲਦੇ ਤੁਸੀਂ ਟਾਈਮ ਨਾਲ ਨਮਾਜ਼ ਕਿਉ ਨਹੀਂ ਪੜ੍ਹਦੇ ਤੁਸੀਂ ਟਾਈਮ ਦੇ ਨਾਲ ਰੋਜ਼ੇ ਕਿਉ ਨਹੀਂ ਰੱਖਦੇ ਤੁਸੀਂ ਜਿਹੜੀ ਲੋਕਾਂ ਦੇ ਵਿੱਚ ਆਪ ਤੁਸੀਂ ਕੁਫਰ ਫਲਾ ਰਹੇ ਹੋ ਇਹ ਕਿਉਂ ਫਲਾ ਰਹੇ ਹੋ ਤੁਹਾਨੂੰ ਵੇਖ ਕੇ ਹੋਰ ਵੀ ਬੜੇ ਲੋਕ ਵਿਗੜ ਰਹੇ ਹਨ ਸ਼ਰ੍ਹਾਂ ਤੋਂ ਬਾਹਰ ਜਾ ਰਹੇ ਹਨ ਸਾਦਰ ਕਿਸ ਹੈ ਨਾ ਬਾਖ ਬਖਾਨਾ ਹੋਰ ਫਿਰ ਤੁਸੀਂ ਕਿਸੇ ਨਾਲ ਇੱਜ਼ਤ ਨਾਲ ਗੱਲ ਕਿਉਂ ਨਹੀਂ ਕਰਦੇ ਹਰ ਇੱਕ ਨੂੰ ਫਿੱਕਾ ਬੋਲਦੇ ਹੋ ਕੱਬਾ ਬੋਲਦੇ ਹੋ ਹਰ ਇੱਕ ਬੰਦੇ ਨੂੰ ਅਧਾ ਨਾਂ ਲੈ ਕੇ ਬੁਲਾਉਂਦੇ ਹੋ ਜਾਂ ਉਹਨੂੰ ਤੁਸੀਂ ਪੁੱਠੇ ਤਰ੍ਹਾਂ ਸੱਦਦੇ ਹੋ ਹਰ ਇੱਕ ਬੰਦੇ ਤੇ ਨੋਖ-ਚੋਗ ਤਰਕ ਕਰਦੇ ਹੋ ਖਾਸ ਸਮੇਤ ਤਰਕ ਨਾ ਠਨਹ ਤੁਸੀਂ ਲੋਕਾਂ ਦੀ ਹਾਸੇ ਉੱਪਰ ਕਰਦੇ ਹੋ ਮਜ਼ਾਕ ਉਡਾਉਂਦੇ ਹੋ ਲੋਕਾਂ ਦਾ ਬੜੇ-ਬੜੇ ਚੰਗੇ ਇੱਜ਼ਤਦਾਰ ਬੰਦਿਆਂ ਦਾ ਵੀ ਤੁਸੀਂ ਮਜ਼ਾਕ ਉਡਾ ਆ ਦਿੰਦੇ ਹੋ ਭਰੇ ਬਾਜ਼ਾਰ ਵਿੱਚ ਛਰੇ ਬਾਜ਼ਾਰ ਵਿੱਚ ਤੁਸੀਂ ਬੇਇੱਜ਼ਤੀ ਕਰ ਦਿੰਦੇ ਹੋ ਬੰਦੇ ਦੀ ਕੀ ਤੋਂ ਮਨੇ ਆਪਣੇ ਮਨ ਜਾਣੀ ਤੁਸੀਂ ਆਪਣੇ ਕੀ ਮੰਨ ਸਮਝੀ ਬੈਠੇ ਹੋ ਕੀ ਸਮਝਦੇ ਹੋ ਤੁਸੀਂ ਆਪਣੇ ਆਪ ਨੂੰ ਬਈ ਤੁਸੀਂ ਕਿਸੇ ਦੀ ਬੇਇੱਜ਼ਤੀ ਕਰਨ ਵਾਲੇ ਕੌਣ ਹੁੰਦੇ ਹੋ ਕਿਉਂ ਤੁਸੀਂ ਕਾਜ਼ੀਆਂ ਮੌਲਾਣਿਆਂ ਦਾ ਮਜ਼ਾਕ ਉਡਾਉਂਦੇ ਹੋ ਬਹਦ ਹੋਏ ਕਿ ਮਜਸਤੇ ਮਾਨੀ ਆਹ ਕਹਿੰਦੇ ਜੇ ਜਿਹੜੀ ਸ਼ਰਾ ਹੈ ਉਹ ਸਾਰੇ ਮੰਨਦੇ ਨੇ ਸ਼ਰਾ ਮੇਰੀ ਤੇ ਬਣਾਈ ਹੋਈ ਨਹੀਂ ਹਜਰਤ ਮੁਹੰਮਦ ਸਾਹਿਬ ਰਸੂਲ ਅੱਲਾਹ ਨੇ ਅੱਲਾਹ ਤਾਲਾ ਦਾ ਮੈਸੇਜ ਦੁਨੀਆ ਨੂੰ ਦਿੱਤਾ ਵੀ ਪੰਜ ਟਾਈਮ ਨਮਾਜ਼ ਪੜ੍ਹਨੀ ਹੈ ਰੋਜ਼ੇ ਰੱਖਣੇ ਨੇ ਔਰ ਆ ਆ ਕੰਮ ਕਰਨੇ ਨੇ ਆ ਆ ਕੰਮ ਹਰਾਮ ਜਿਹੜੇ ਨਹੀਂ ਕਰਨੇ ਸਾਰਾ ਕੁਝ ਦੱਸਿਆ ਹੋਇਆ ਮੁਹੰਮਦ ਸਾਹਿਬ ਨੇ ਤੁਸੀਂ ਕਿਉਂ ਨਹੀਂ ਮੰਨਦੇ ਤਿਆਗੋ ਸਗਲ ਨਾ ਮਨਮਤ ਕੀਜਾ ਇਹ ਸਾਰੀ ਮਨਮਤ ਛੱਡ ਦਿਓ ਬੰਦੇ ਬਣ ਜਾਓ ਤੇ ਆ ਅੱਗੇ ਨੂੰ ਜਿਵੇਂ ਅਸੀਂ ਤੁਹਾਨੂੰ ਕਹਿੰਨੇ ਆ ਨਾ ਵੀ ਇਸਲਾਮ ਦੀ ਸਹਰਾ ਉਦਾਂ ਚੱਲਿਆ ਕਰੋ ਤੇ ਕਾਜ਼ੀਆਂ ਮੋਲਾਣਿਆਂ ਉੱਤੇ ਤਰਕ ਨਾ ਕਰਿਆ ਕਰੋ ਚੱਲਨ ਦੀ ਸਹਰਾ ਕਹ ਮਾਰਗਲੀਜਾ ਸਹਰਾ ਵਿੱਚ ਚੱਲਣ ਦਾ ਰਸਤਾ اختیار ਕਰ ਲਓ ਜੋ ਵੀ ਪਾਬੰਦੀ ਹੈ ਇਸਲਾਮ ਦੀ ਦੀਨ ਦੀ ਉਹਨੂੰ ਪੂਰੀ ਪੂਰੀ ਮੰਨਿਆ ਕਰੋ। ਨਾਹੀਂ ਤਾਂ ਦੋਜਕ ਮਹਿ ਦੁਖ ਪਾਵਹ। ਨਹੀਂ ਤੇ ਤੁਹਾਨੂੰ ਪਤਾ ਰਸੂਲ ਅੱਲਾਹ ਨੇ ਕੁਰਾਨ ਚ ਦੱਸਿਆ ਹੈ ਜਿਹੜਾ ਸ਼ਰਅ ਚ ਨਹੀਂ ਚੱਲਦਾ ਉਹ ਨਰਕਾਂ ਦੀ ਅੱਗ ਵਿੱਚ ਦੋਜਕ ਦੀ ਅੱਗ ਵਿੱਚ ਸੜਦਾ ਹੈ। ਤਾਹੇ ਬਚਾਵਹਿ ਤਸਹਿ ਮਨਾਵਹ। ਉਥੇ ਤੁਹਾਨੂੰ ਸ਼ਰਅ ਨਹੀਂ ਬਚਾਉਣਾ ਉਥੇ ਤੁਹਾਨੂੰ ਅਰ ਰਸੂਲ ਅੱਲਾਹ ਦੇ ਪੈਗੰਬਰ ਮੁਹੰਮਦ ਸਾਹਿਬ ਜੀ ਦੀ ਦਸੀ ਹੋਈ ਮਰਜ਼ਾਦਾ ਜੋ ਹੈ ਉਹਨੇ ਬਚਾਉਣਾ। ਤੁਸੀਂ ਉਹਨੂੰ ਮੰਨਿਆ ਕਰੋ। ਸ਼ਰਧੇ ਉਲਟ ਨਾ ਚੱਲਿਆ ਕਰੋ ਸਨਤ ਬੇਨਵਨ ਕਹਿਓ ਨਾ ਮਾਨਾ ਉਹਨਾਂ ਫਕੀਰਾਂ ਨੇ ਬਾਦਸ਼ਾਹ ਔਰੰਗਜ਼ੇਬ ਦੀ ਗੱਲ ਸੁਣੀ ਪਰ ਉਸੇ ਵੇਲੇ ਦੋ ਟੁਕ ਜਿਬ ਹਵਦੇ ਤਾਂ ਉਹ ਜ਼ੁਬਾਨ ਦੇ ਬੜੇ ਕੋੜੇ ਹੁੰਦੇ ਆ ਉਹ ਹਰ ਇੱਕ ਬੰਦੇ ਨਾਲ ਜਿਹੜਾ ਮਾਤਾ ਸੁੰਦਰੀ ਨੇ ਸਹਬ ਜਿਆਦਾ ਪਾਲਿਆ ਸੀ ਨਾ ਅਜੀਤ ਸਿੰਘ ਉਹ ਵੀ ਬੇਨਵਿਆਂ ਦੇ ਨਾਲ ਹੀ ਝਗੜ ਪਿਆ ਸੀ ਤੇ ਉਹਨੇ ਬੇਨਵਾ ਫਕੀਰ ਖੁਦ ਛੁੱਡ ਦਿੱਤਾ ਸੀ ਇਸ ਕਰਕੇ ਫਰਕਸ਼ੀਰ ਨੇ ਅਜੀਤ ਸਿੰਘ ਨੂੰ ਕਤਲ ਕਰਵਾ ਦਿੱਤਾ ਸੀ ਉਹ ਕਥਾ ਕਿ ਆਵੇਗੀ ਜਦੋਂ ਉਹ ਦਸਮ ਪਾਤਸ਼ਾਹ ਜੀ ਤੋਂ ਬਾਅਦ ਪ੍ਰਸੰਗ ਆਉਂਦੇ ਉੱਥੇ ਆਉਂਦਾ ਜ਼ਿਕਰ ਪਰ ਇਹ ਬੇਨਵੇਂ ਫਕੀਰ ਹੁੰਦੇ ਬੜੇ ਬੈੜੇ ਸੁਭਾਅ ਦੇ ਇਹ ਤਾਂ ਕੱਬਾ ਸੁਭਾਅ ਹੁੰਦਾ ਹਰ ਇੱਕ ਦੀ ਲਾਹ-ਪਾਹ ਮਿੰਡ ਜੀ ਕਰ ਦੇਣੀ ਕਿਉਂਕਿ ਕਿਸੇ ਤੋਂ ਲੈਣ ਦੀ ਇੱਛਾ ਨਹੀਂ ਹੁੰਦੀ ਜਿਹੜੀ ਸਾਧ ਸੰਗਤ ਜੀ ਬੇਪਰਵਾਹੀ ਹੈ ਨਾ ਇਹ ਵੀ ਇੱਕ ਬਾਦਸ਼ਾਹੀ ਹੈ ਉਹ ਪ੍ਰਵਾਹ ਨਹੀਂ ਕਰਦੇ ਰਾਜਾ ਹੋਵੇ ਆਪਣੇ ਘਰ ਹੋਵੇ ਅਸੀਂ ਕੀ ਲੈਣਾ ਕਹਿੰਦੇ ਉਹਨਾਂ ਨੇ ਬਾਦਸ਼ਾਹ ਨੂੰ ਸਾਫ਼ ਜਵਾਬ ਦੇ ਦਿੱਤਾ ਖੋਟਾ ਨੌਰੰਗ ਸੰਗ ਬਖਾਨਾ ਉਹ ਖੋ ਰੰਗਜੀਵ ਨੂੰ ਵੀ ਪੁੱਠੇ ਹੀ ਬੋਲੇ ਖੋਟੇ ਹੀ ਬੋਲੇ ਸਿੱਧੇ ਨਹੀਂ ਬੋਲੇ ਵੀ ਬਾਦਸ਼ਾਹ ਸਲਾਮਤ ਅਸੀਂ ਸੋਚਾਂਗੇ ਜਾਂ ਕਰਾਂਗੇ ਕੋਈ ਬਹਾਨਾ ਬਹਾਨਾ ਉਹਨਾਂ ਕੋਲ ਹੈ ਹੀ ਨਹੀਂ ਸੀ ਸਿੱਧੇ ਸਾਨੂੰ ਬੰਦੇ ਉਹਨਾਂ ਨੇ ਸਿੱਧਾ ਹੀ ਜਵਾਬ ਐਉਂ ਦਿੱਤਾ ਹਮ ਪਰ ਤੇਰੋ ਹੁਕਮ ਨਾ ਕੋਈ ਕਹਿਣ ਲੱਗੇ ਤੂੰ ਬਾਦਸ਼ਾਹ ਹੋਵੇਂਗਾ ਲੋਕਾਂ ਲਈ ਸਾਡੇ ਲਈ ਕੋਈ ਨਹੀਂ ਤੇਰੇ ਤੇਰਾ ਹੁਕਮ ਲੋਕਾਂ ਦੇ ਚੱਲਦਾ ਸਾਡੇ ਤੇ ਨਹੀਂ ਚੱਲਦਾ ਮਨਪਾਵਤ ਹਮ ਬੋਲ ਲਹ ਸੋਈ ਅਸੀਂ ਦੇ ਆਪਣੀ ਜੋ ਮੌਜ ਆਣੀ ਉਹ ਬੋਲਣਾ ਜੋ ਸਾਨੂੰ ਮੂੰਹ ਜਾਣਾ ਹੈ ਬੋਲਾਂਗੇ ਤੈਨੂੰ ਬੋਲਣਾ ਪਿਆ ਤੇ ਤੈਨੂੰ ਵੀ ਬੋਲ ਦੇਾਂਗੇ ਹਾਂਜੀ ਚੋਰ ਯਾਰ ਕਰਨੀ ਬਟਪਾਰੀ ਅਸੀਂ ਨਾ ਚੋਰੀ ਕਰਨੇ ਆ ਨਾ ਯਾਰੀ ਕਰਨੇ ਆ ਨਾ ਅਸੀਂ ਕੋ ਡਾਕਾ ਮਾਰਦੇ ਜਿਹੜੇ ਚੋਰੀ ਕਰਦੇ ਨੇ ਡਾਕਾ ਕ ਮਾਰਦੇ ਨੇ ਜਾਂ ਕੋਈ ਹੇਰਾਫੇਰੀ ਕਰਦੇ ਨੇ ਕੋਈ ਮਾੜੇ ਕੰਮ ਕਰਦੇ ਨੇ ਤੇ ਸਜ਼ਾ ਸਜਾਏ ਤੇ ਹੋ ਹਿਤ ਤਾਰੀ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦੇਣੀ ਇਹ ਤੁਹਾਡਾ ਕੰਮ ਹੈ ਤੁਸੀਂ ਬਾਦਸ਼ਾਹ ਤੁਸੀਂ ਤੁਹਾਡਾ ਕੰਮ ਹੈ ਲੋਕਾਂ ਦੇ ਸਿਸਟਮ ਨੂੰ ਚਲਾਉਣਾ ਸਮਾਜ ਦੇ ਵਿੱਚ ਕੋਈ ਬੰਦਾ ਚੋਰੀ ਕਰਦਾ ਕੋਈ ਡਾਕਾ ਮਾਰਦਾ ਕੋਈ ਯਾਰੀ ਕਰਦਾ ਕੋਈ ਬੇਈਮਾਨੀ ਕਰਦਾ ਕਿਸੇ ਨਾਲ ਹੇਰਾਫੇਰੀ ਕਰਦਾ ਉਹਨੂੰ ਤੁਸੀਂ ਸਜ਼ਾ ਦੇ ਸਕਦੇ ਹੋ ਦਿਓ ਹਾਂਜੀ ਅਸੀਂ ਫਕੀਰ ਦਰਵੇਸ਼ਨ ਰੀਤ ਅਸੀਂ ਫਕੀਰ ਸਾਡੀ ਦਰਵੇਸ਼ਾਂ ਵਾਲੀ ਰੀਤ ਹੈ ਅਸੀਂ ਕੀ ਲੈਣਾ ਤੁਹਾਡੇ ਬਾਦਸ਼ਾਹਾਂ ਕੋਲੋਂ ਨਾ ਅਸੀਂ ਚੋਰੀ ਕਰਨੀ ਹੈ ਤੇ ਨਾ ਅਸੀਂ ਤੁਹਾਡੇ ਅੱਗੇ ਹੱਥ ਜੋੜਨੇ ਹਾਂਜੀ ਅਚੇਤ ਸਜਾਏ ਦੋਸ਼ ਨਹਚੀਤ ਤੇ ਅਸੀਂ ਸਜ਼ਾ ਦੇ ਹੱਕਦਾਰ ਨਹੀਂ ਹਾਂ ਸਾਨੂੰ ਤੋਂ ਸਜ਼ਾ ਦੇ ਨਹੀਂ ਸਕਦਾ ਕਿਉਂਕਿ ਅਸੀਂ ਨਾ ਚੋਰੀ ਕਰਦੇ ਹਾਂ ਨਾ ਡਾਕਾ ਮਾਰਦੇ ਹਾਂ ਨਾ ਕੋਈ ਮਾੜਾ ਕੰਮ ਕਰਦੇ ਹਾਂ ਫਕੀਰਾਂ ਉੱਤੇ ਤੇਰਾ ਕਾਨੂੰਨ ਲਾਗੂ ਹੋ ਹੀ ਨਹੀਂ ਸਕਦਾ। ਹਮ ਦੁਨੀਆ ਤੇ ਫਾਰਕ ਅਹ। ਅਸੀਂ ਦੁਨੀਆ ਤੋਂ ਫਾਰਕ ਆਂ। ਇਹ ਦੁਨੀਆ ਸਾਡੇ ਲਈ ਮਰ ਗਏ। ਅਸੀਂ ਇਸ ਦੁਨੀਆ ਲਈ ਮਰ ਗਏ। ਸਾਡਾ ਫਕੀਰ ਬਣਦਾ ਮਤਲਬ ਹੀ ਇਹ ਹੈ ਵੀ ਦੁਨੀਆ ਤੋਂ ਮਰ ਗਏ, ਖਤਮ ਹੋ ਗਏ। ਹੱਦ ਟੱਪੇ ਔਲੀਆ ਜਿਹੜਾ ਦੁਨੀਆ ਦੀ ਹੱਦ ਟੱਪ ਜੇ, ਹੱਦ ਟਪਣੀ ਵੀ ਬੜੀ ਔਖੀ ਦੁਨੀਆ ਦੀ ਹੱਦ ਅਸੀਂ ਟੱਪ ਨਹੀਂ ਸਕਦੇ। ਜੇ ਕੋਈ ਟੱਪ ਜਾਵੇ, ਕਹਿੰਦੇ ਹੱਦ ਟੱਪੇ ਔਲੀਆ, ਔਲੀਆ ਬਣ ਜਾਂਦਾ। ਬੇਹੱਦ ਟੱਪੇ ਪੀਰ ਜਿਹੜਾ ਬੇਹੱਦ ਵੀ ਟੱਪ ਜੇ ਉਹਨੂੰ ਪੀਰ ਕਹਿੰਦੇ ਆ ਕਹਿੰਦੇ ਹੱਦ ਬੇਹੱਦ ਦੋਵੇਂ ਟੱਪੇ ਤਿਸਕਾ ਨਾਮ ਫਕੀਰ ਜਿਹੜਾ ਹੱਦ ਬੇਹੱਦ ਵੀ ਟੱਪ ਜਾਂਦਾ ਬਹੁਤ ਪਰੇ ਲੰਘ ਜਾਂਦਾ ਉਹ ਫਕੀਰ ਹੁੰਦਾ ਅਸੀਂ ਦੁਨੀਆ ਤੋਂ ਫਾਰ ਗਿਆ ਸਾਡੇ ਉੱਤੇ ਦੁਨੀਆ ਦੇ ਬਣਾਏ ਹੋਏ ਅਸੂਲ ਦੁਨੀਆ ਦੀ ਬਣਾਈ ਹੋਈ ਮਰਜ਼ਾਦਾ ਕਾਨੂੰਨ ਲਾਗੂ ਨਹੀਂ ਹੁੰਦਾ ਤੁਝ ਕਹਿ ਬੇ ਮਹ ਕਿਉ ਕਰ ਰਹਾ ਅਸੀਂ ਤੇਰੇ ਕਹਿਣੇ ਜਿਉਂ ਚੱਲਾਂਗੇ ਤੂੰ ਬਾਦਸ਼ਾਹ ਲੋਕਾਂ ਦਾ ਹੈ ਸਾਡਾ ਫਕੀਰਾਂ ਦਾ ਬਾਦਸ਼ਾਹ ਤੇ ਅੱਲਾਹ ਹੈ ਹਾਂਜੀ ਕਿਨ ਹੋ ਨ ਕਬ ਕੈਸੇ ਕਿਤ ਕਹਿਓ ਸਾਨੂੰ ਕਦੀ ਕਿਸੇ ਬਾਦਸ਼ਾਹ ਨੇ ਛੇੜਿਆ ਨਹੀਂ ਤੇਰੇ ਤੋਂ ਪਹਿਲਾਂ ਬੜੇ ਬਾਦਸ਼ਾਹ ਧਰਤੀ ਤੇ ਹੋ ਗਏ ਕਿਸੇ ਰਾਜੇ ਮਹਾਰਾਜੇ ਬਾਦਸ਼ਾਹ ਨੇ ਸਾਨੂੰ ਨਹੀਂ ਬੁਲਾਇਆ ਆਪਣੀ ਗਜੈਰੀ ਚ ਪਹਿਲੀ ਵਾਰ ਤੂੰ ਸਾਨੂੰ ਸੱਦਿਆ ਹੈ ਤੇ ਅਸੀਂ ਤੈਨੂੰ ਸਾਫ਼ ਦੱਸ ਦਈਏ ਵੀ ਮੁੜ ਕੇ ਆਇਂਦਾ ਸਾਨੂੰ ਤੂੰ ਬੁਲਾਣ ਦੀ ਕੋਸ਼ਿਸ਼ ਨਾ ਕਰੀ ਅਸੀਂ ਭਰਾਵਾ ਤੇਰਾ ਕਾਨੂੰਨ ਨਹੀਂ ਮੰਨਣਾ ਅਸੀਂ ਅੱਲਾ ਦੇ ਕਾਨੂੰਨ ਨੂੰ ਮੰਨਦੇ ਆਂ ਅੱਲਾ ਨੇ ਜਿਵੇਂ ਸਾਨੂੰ ਰੱਖਿਆ ਰਹਿ ਰਹੇ ਆ ਬਾਕੀ ਸ਼ਰਹ ਸ਼ਰਹ ਤੇਰੇ ਵਰਗਿਆਂ ਦੇ ਗਲ ਵਿੱਚ ਪਟਾ ਪਾਇਆ ਸਾਡੇ ਵਾਸਤੇ ਨਹੀਂ ਹੈ ਇਹ ਜਿਹੜਾ ਸ਼ਰਹ ਦਾ ਸ਼ਰਹ ਦੀ ਪਵੰਦੀ ਹੈ ਨਾ ਇਹ ਤੇਰੇ ਵਰਗੇ ਤੇਰੇ ਲੋਕਾਂ ਵਾਸਤੇ ਜਿਹੜੇ ਆਮ ਲੋਕ ਨੇ ਜਿਹੜੇ ਹੱਦ ਬਿਹੱਦ ਦੋਵੇਂ ਟੱਪੇ ਹੋਏ ਨੇ ਉਹ ਸ਼ਰਹ ਦੀ ਹੱਦ ਵਿੱਚ ਨਹੀਂ ਆ ਸਕਦੇ ਨਿਰਭੈ ਸਦਾ ਹਮ ਪੈ ਨਹਿ ਲਹਿਓ ਅਸੀਂ ਨਿਰਭਉ ਨੂੰ ਜਪ ਕੇ ਨਿਰਭਉ ਹੋ ਗਏ ਆ ਸਾਨੂੰ ਕੋਈ ਭਉ ਨਹੀਂ ਜੇ ਅੱਜ ਮਾਰਨਾ ਹੈ ਹੁਣ ਮਾਰ ਦੇ ਕੱਲ ਮਾਰਨਾ ਅੱਜ ਮਾਰ ਦੇ ਅਸੀਂ ਮੌਤ ਤੋਂ ਨਹੀਂ ਡਰਦੇ ਤੇ ਗੱਲ ਇਹ ਹੈ ਵੀ ਅਸੀਂ ਤੇਰੇ ਆਖੇ ਲਾ ਕੇ ਨਾ ਜ਼ੁਬਾਨ ਬੰਦ ਕਰਨੀ ਅੱਲਾ ਨੇ ਜ਼ੁਬਾਨ ਦਿੱਤੀ ਹੈ ਜਿਉ ਜੇ ਬੋਲ ਕਢਾਂਦਾ ਨਿਕਲ ਜਾਂਦੇ ਨੇ ਅਸੀਂ ਤੈਨੂੰ ਪੁੱਛ ਕੇ ਵੀ ਨਹੀਂ ਬੋਲਣਾ ਵੀ ਆ ਗੱਲ ਬੋਲਣੀ ਹੈ ਕਿ ਨਹੀਂ ਬੋਲਣੀ ਹਾਂਜੀ ਕਰਤ ਰਹੇ ਜਿਵੇਂ ਵੱਡੇ ਹਮਾਰੇ ਜਿਵੇਂ ਸਾਡੇ ਵੱਡੇ ਕਰਦੇ ਰਹੇ ਨੇ ਫਕੀਰ ਕਰਦੇ ਰਹੇ ਨੇ ਮੋਜਾਂ ਅਸੀਂ ਉਸੇ ਮੋਜ ਚ ਰਹਿਣਾ ਅਸੀਂ ਕਿਸੇ ਦੂਜੇ ਤੀਜੇ ਦੀ ਗੱਲ ਨਹੀਂ ਮੰਨਣੀ ਹਾਂਜੀ ਸਿਰ ਧਰ ਚਲ ਹੈ ਤਸੀ ਅਨੁਸਾਰੇ ਅਸੀਂ ਤੇ ਆਪਣੇ ਬਜ਼ੁਰਗਾਂ ਦੇ ਰਾਹ ਤੇ ਚੱਲਣਾ ਭਾਵੇਂ ਸਾਡੀ ਬਦਨਾਮੀ ਕਰਦੇ ਨੇ ਲੋਕ ਕਰੀ ਜਾਣ ਭਾਵੇਂ ਤੇਰੇ ਵਰਗੇ ਬਾਦਸ਼ਾਹ ਸਾਨੂੰ ਜੇਲਾਂ 'ਚ ਡੱਕ ਦੇਣ ਤੇ ਭਾਵੇਂ ਸਾਨੂੰ ਕਤਲ ਕਰ ਦੇਣ ਅਸੀਂ ਆਪਣੇ ਬਜ਼ੁਰਗਾਂ ਦੀ ਲੀਹ ਤੇ ਫਕੀਰੀ ਤੇ ਚੱਲਣਾ ਫਕੀਰੀ ਦਾ ਫਕੀਰੀ ਦੀ ਮੰਜ਼ਿਲ ਦੂਰ ਹੈ ਫਕੀਰ ਦੁਨੀਆ ਤੋਂ ਪਰੇ ਹੈ ਬੇਪਰਵਾਹ ਹੈ ਤੇ ਇਸ ਕਰਕੇ ਭਾਈ ਆਪਣਾ ਕਾਨੂੰਨ ਆਪਣੇ ਕੋਲ ਰੱਖ ਸੁਨ ਨ ਰੰਗ ਕੇ ਰਿਸ ਔਰ ਆਈ ਸੁਣ ਕੇ ਔਰੰਗਜੀਤ ਨੂੰ ਗੁੱਸਾ ਚੜ ਗਿਆ ਔਰੰਗਜੀਤ ਕੋਈ ਸਿਆਣਾ ਬੰਦਾ ਨਹੀਂ ਸੀ ਹੰਕਾਰੀ ਸੀਗਾ ਹੰਕਾਰੀ ਬੰਦੇ ਨੂੰ ਜੇ ਕੋਈ ਗੱਲ ਚੰਗੀ ਕਹੀਏ ਉਹਨੂੰ ਸਮਝ ਥੋੜਾ ਹੁੰਦੀ ਹੈ ਕਹਿੰਦੇ ਉਹਦੇ ਮਨ 'ਚ ਗੁੱਸਾ ਆ ਗਿਆ ਸਭ ਨਾ ਕਾ ਪਰ ਦੀਏ ਚੜਾਈ ਆਪਣੀ ਫੌਜ ਨੂੰ ਕਹਿਣ ਲੱਗਾ ਜਿੰਨੇ ਲਿਆਂਦੇ ਨੇ ਫੜ ਕੇ ਨੇ ਸਾਰੇ ਇੱਕ ਕਿਸ਼ਤੀ 'ਚ ਚੜਾ ਦਿਓ ਬੇੜੀ 'ਚ ਹਾਂਜੀ ਕਹੇ ਉਹ ਨਦੀ ਕੇ ਵੱਡ ਪਰਵਾਹ ਇਹਨਾਂ ਨੂੰ ਬੇੜੇ 'ਚ ਚੜਾ ਕੇ ਨਦੀ 'ਚ ਲੈ ਜਾਓ ਤੇ ਜਿੱਥੇ ਪਾਣੀ ਬਹੁਤ ਤੇਜ਼ ਹੈ ਨਾ ਜਮਨਾ ਦਾ ਉੱਥੇ ਬੇੜੀ ਪੁੱਠੀ ਕਰ ਦਿਓ ਚਾਏ ਦਬਾਵਹ ਬਚਹ ਨਾਹੇ ਸਾਰੇ ਮਾਰ ਦਿਓ ਡੋਬ ਦਿਓ ਕੋਈ ਬਚਣਾ ਨਹੀਂ ਚਾਹੀਦਾ ਇਹਨਾਂ 'ਚ ਇਹ ਜਿੰਨੇ ਫਕੀਰ ਨੇ ਨਾ ਇਹ ਜੀਣ ਦੇ ਹੱਕਦਾਰ ਨਹੀਂ ਇਹ ਸ਼ਰਾਂ ਨੂੰ ਮੰਨਦੇ ਨਹੀਂ ਇਹ ਨਾ ਟਾਈਮ ਸਿਰ ਨਮਾਜ਼ ਪੜ੍ਹਦੇ ਨੇ ਨਾ ਰੋਜ਼ਾ ਰੱਖਦੇ ਨੇ ਨਾ ਇਹ ਕਿਸੇ ਨਾਲ ਝੱਜਣਾ ਬੋਲਦੇ ਨੇ ਨਾ ਇਹ ਮੁਸਲਮਾਨ ਨੇ ਨਾ ਇਹ ਹਿੰਦੂ ਨੇ ਨਾ ਇਹਨਾਂ ਦਾ ਕੋਈ ਧਰਮ ਹੈ ਇਹ ਬੰਦੇ ਜੀਣੇ ਨਹੀਂ ਚਾਹੀਦੇ ਇਹ ਬੰਦੇ ਸਾਰੇ ਮਾਰ ਦਿਓ ਬਹੁਮੌਨਖ ਹੈ ਕਰ ਰਖਵਾਰੇ ਹਾਂ ਬਹੁਤ ਸਾਰੀ ਫੌਜ ਸੀ ਕੀ ਬਾਦਸ਼ਾਹ ਔਰੰਗਜ਼ੇਬ ਦੀ ਜਿਹੜੀ ਉਹਨਾਂ ਨੂੰ ਫੜ ਕੇ ਲਿਆਈ ਸੀ ਉਹਨਾਂ ਅਫਸਰਾਂ ਨੂੰ ਕਿਹਾ ਵੀ ਲੈ ਜਾਓ ਇਹਨਾਂ ਨੂੰ ਹੱਥ ਗੜੀਆਂ ਬੇੜੀਆਂ ਦੇ ਜਕੜ ਕੇ ਨਾ ਇਹਨਾਂ ਨੂੰ ਕਿਸਤੀ 'ਚ ਬਿਠਾ ਕੇ ਨੌਕਾ ਵਿੱਚ ਬਿਠਾ ਕੇ ਦੇ ਦਰਿਆ ਜਮਨਾ ਦੇ ਵਿੱਚ ਡੋਬ ਦਿਓ ਲੈਕਰ ਨੌਕਾ ਤੇ ਤਹ ਸਧਾਰੇ ਹੁਣ ਬਾਦਸ਼ਾਹ ਦਾ ਹੁਕਮ ਨੌਕਰਾਂ ਨੇ ਤੇ ਅਫਸਰਾਂ ਨੇ ਤੇ ਮੰਨਣਾ ਹੀ ਸੀਗਾ ਉਹਨਾਂ ਨੇ ਸਾਰੇ ਫਕੀਰ ਇਕੱਠੇ ਕੀਤੇ ਤੇ ਲਾਲ ਕਿਲੇ ਤੋਂ ਤੋਰ ਲਏ ਤੇ ਲਾਗੇ ਜਮਨਾ ਹੈ ਜਮਨਾ 'ਚ ਬੇੜੀਆਂ ਦਾ ਵੱਡਾ ਸਾਰਾ ਉੱਥੇ ਇੱਕ ਜ਼ਕੀਰਾ ਖੜਾ ਹੁੰਦਾ ਸੀ ਬਾਦਸ਼ਾਹ ਨੇ ਵੀ ਜਾਣਾ ਹੁੰਦਾ ਸੀ ਬੇੜੀਆਂ 'ਚ ਉਹ ਬੇੜੀਆਂ ਦੇ ਵਿੱਚ ਸਾਰੇ ਬਠਾਲੇ ਇਤਨੇ ਇੱਕ ਬੇਨਵਰ ਔਰ ਇਹ ਜਿਹੜੇ ਸਾਰੇ ਬਹਿ ਗਏ ਜਾਂ ਬਹਿ ਰਹੇ ਸਨ ਇਤਨੇ ਨੂੰ ਇੱਕ ਬੇਨਵਾ ਫਕੀਰ ਪਿੱਛੋਂ ਦੌੜਿਆ ਆਇਆ ਆਏ ਪੁਕਾਰਿਆ ਉੱਚੇ ਠਾਰ ਉਹਦੇ ਆਗੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਮੈਂ ਦਿਮਾਦ ਨੌ ਰੰਗ ਕੋ ਖਰੋ ਕਿਉਂਕਿ ਉਹ ਪਹਿਲੇ ਜਿਹੜੇ ਫੜੇ ਸੀ ਨਾ ਉਹਨਾਂ ਵਿੱਚ ਨਹੀਂ ਸੀ ਉਹ ਬਾਅਦ ਚ ਆ ਗਿਆ ਆਪੇ ਹੀ ਆ ਗਿਆ ਕਿਹਾ ਤਾਂ ਤੇ ਉਹਨੂੰ ਪਤਾ ਲੱਗਾ ਵੀ ਮੇਰੇ ਭਰਾ ਮੇਰੇ ਸੰਪਰਦਾ ਦੇ ਸਾਧੂ ਵਿਚਾਰੇ ਚੱਲੇ ਮਰਨ ਤੇ ਉਹਨੇ ਆਖਿਆ ਮੈਂ ਪਿੱਛੇ ਕਿਉਂ ਰਵਾਂ ਉਹ ਕਹਿੰਦਾ ਓਏ ਲੋਕੋ ਠਹਿਰੋ 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 ਮੈਂ ਔਰੰਗਜ਼ੇਬ ਦਾ ਜਵਾਈ ਆ ਕਹਿੰਦਾ ਨਿੱਕਾ ਤੇ ਮੈਨੂੰ ਵੀ ਬਿਠਾ ਲਓ ਜਿਹੜਾ ਬੇੜੇ ਵਿੱਚ ਇਸ ਕੋ ਤਿਆਗਨ ਕਿਵੇਂ ਕਰੋ ਕਹਿੰਦੇ ਜਵਾਈ ਨੂੰ ਕਿਉਂ ਛੱਡ ਚੱਲੇ ਹੋ ਇਹ ਐਨੇ ਚੜਾ ਲਏ ਨੇ ਪਰੋਣੇ ਤੇ ਆ ਵੀ ਲੈ ਜੋ ਨਾਲ ਇਨ ਸੰਗ ਮੋਹ ਚੜਾ ਇਸ ਦਰਿਆ ਦਾ ਇਹਨਾਂ ਦਮਾਦਾਂ ਦੇ ਨਾਲ ਇਸ ਛੋਟੇ ਜਵਾਈ ਨੂੰ ਵੀ ਪਿਠਾ ਲਓ ਇਸ ਕੀ ਦਹਤਾ ਵਿਧਵਾ ਕਰੀਆ ਇਹਦੀ ਕੁੜੀ ਵਿਧਵਾ ਕਰ ਦਿਓ ਕਹਿੰਦੇ ਇਹਦੀ ਕੁੜੀ ਵਿਧਵਾ ਹੋ ਜਾਏਗੀ ਮੈਂ ਮਰ ਜਾਾਂਗਾ ਤਾਂ ਇਸ ਤਰ੍ਹਾਂ ਉਹਨੇ ਫਕੀਰ ਨੇ ਉਹ ਕਿਉਂਕਿ ਜ਼ੁਬਾਨ ਨੂੰ ਤਾਂ ਕੰਟਰੋਲ ਰੱਖਦੇ ਹੀ ਨਹੀਂ ਰੌਲਾ ਤਾਂ ਜ਼ੁਬਾਨ ਦਾ ਹੀ ਸੀਗਾ ਉਹਨਾਂ ਨੇ ਬੋਲਣਾ ਪੁੱਠੇ ਹੁੰਦਾ ਸੀ ਤੇ ਇਹ ਰੰਗਜੀਬ ਕੋਲੋਂ ਬਰਦਾਸ਼ਤ ਨਹੀਂ ਸੀ ਹੁੰਦਾ ਕਾਜ਼ੀਆਂ ਬੁਲਾਣਿਆਂ ਕੋਲੋਂ ਉਹ ਕਹਿੰਦਾ ਕਹਿੰਦਾ ਇਹਦੀ ਕੁੜੀ ਵਿਧਵਾ ਹੋ ਜਾਏਗੀ ਮੈਨੂੰ ਵੀ ਚੜਾ ਦਿਓ ਨਾਲ ਹੀ ਜੇ ਬੇੜੇ ਦੇ ਵਿੱਚ ਸੁਨਣਾ ਰੰਗ ਨੇ ਦੇ ਛਟਾਏ ਰੰਗਜੀਬ ਤੋਂ ਸੁਣ ਰਿਹਾ ਸੀਗਾ ਉਹ ਕਹਿੰਦਾ ਠਹਿਰ ਜਾਓ ਕਹਿੰਦਾ ਛੱਡ ਦਿਓ ਇਹਨਾਂ ਨੂੰ ਨਾ ਮਾਰੋ ਇਹਨਾਂ ਬੰਦਿਆਂ ਨੂੰ ਇਹ ਤਾਂ ਵੱਡੇ ਢੀਠ ਸਮਦਾ ਏ ਇਹ ਵੱਡੇ ਢੀਠ ਨੇ ਜਿਹੜੇ ਬੰਦੇ ਇੰਨੇ ਢੀਠ ਨੇ ਇਹਨਾਂ ਨੂੰ ਮੌਤ ਸਾਹਮਣੇ ਆ ਤੇ ਫੇਰ ਵੀ ਇਹ ਹਟਦੇ ਕੋਈ ਨਹੀਂ ਇਹਨਾਂ ਨੇ ਮੁੜਨਾ ਥੋੜਾ ਆਪਾਂ 2-400 ਮਾਰ ਦੇਾਂਗੇ ਹਿੰਦੁਸਤਾਨ ਚ ਪਤਾ ਨਹੀਂ ਲੱਖਾਂ ਇਹਨਾਂ ਦੀ ਸੰਪਰਦਾ ਦੇ ਫਿਰਦੇ ਹੋਣਗੇ ਉਹ ਸਾਰੇ ਮੇਰੀ ਬਦਨਾਮੀ ਕਰਨਗੇ ਗਾਲਾਂ ਕੱਢਣਗੇ ਗਾਲਾਂ ਤਾਂ ਇਹਨਾਂ ਨੇ ਬਾਜ਼ ਨਹੀਂ ਆਉਣਾ ਕਿੰਨਿਆਂ ਨੂੰ ਮਾਰਾਂਗੇ ਮਰ ਬੇ ਮੈਂ ਬਿਲੰਬ ਅਬ ਨਹੀਂ ਦੇਖੋ ਕਹੋ ਜੇ ਠੀਠ ਬੰਦੇ ਨੇ ਵੀ ਮੌਤ ਸਾਹਮਣੇ ਖੜੀ ਐ ਮਰਨ ਚ ਕੋਈ ਦੇਰ ਹੀ ਨਹੀਂ ਦਸਾਂ 20 ਮਿੰਟਾਂ ਚ ਮਰ ਜਾਣਾ ਹੈ ਕੌਣ ਨ ਤਰਕ ਬਾਤ ਇਹਨੇ ਕਹੀ ਤਾਂ ਵੀ ਇਹਨੇ ਨ ਤੜਕ ਹੋ ਕੇ ਏਡੀ ਵੱਡੀ ਗੱਲ ਕਹਿ ਦਿੱਤੀ ਵੀ ਮੈਂ ਔਰੰਗਜ਼ੇਬ ਦਾ ਛੋਟਾ ਜਵਾਈ ਆ ਮੈਨੂੰ ਵੀ ਚਾੜ ਦਿਓ ਗੱਡੀ ਤੇ ਇਹ ਫਿਰ ਇਹਦਾ ਮਤਲਬ ਹੈ ਵੀ ਮੌਤ ਨੂੰ ਇਹਨਾਂ ਨੇ ਜਿੱਤਿਆ ਹੋਇਆ ਹੈ ਇਹ ਮੌਤ ਤੋਂ ਬੇਪਰਵਾਹ ਹੋ ਚੁੱਕੇ ਹਨ ਮਰੇ ਨ ਸਮਝ ਹੈ ਪਾਛਲ ਰਹੇ ਤੇ ਜੇ ਇਹਨਾਂ ਨੂੰ ਮਾਰ ਦਿੱਤਾ ਜਿਹੜੇ ਪਿੱਛੇ ਰਹਿ ਜਾਣਗੇ ਉਹ ਸਮਝਣਗੇ ਥੋੜਾ ਉਹਨਾਂ ਨੂੰ ਕੌਣ ਸਮਝਾਵੇਗਾ ਹੋਰ ਫਤੂਰ ਪਾਣਗੇ ਹੋਰ ਰੌੜਾ ਪਾਣਗੇ ਢੀਠ ਜੋ ਬੜੇ ਹਨ ਸਾਧ ਸੰਗਤ ਜੀ ਇਹ ਖਾਲਸਾ ਪੰਥ ਵੀ ਇਦਾਂ ਹੀ ਹੈ ਜਿਉਂ-ਜਿਉ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਤੇ ਜਿਉਂ-ਜਿਉ ਮੰਨੂ ਵੱਡਦਾ ਅਸੀਂ ਦੂਣੇ ਚੌਣੇ ਹੋਏ ਇਹ ਖਾਲਸੇ ਨੂੰ ਜਿੰਨਾ ਕੋਈ ਮਾਰੇ ਨਾ ਇਹ ਖਾਲਸਾ ਉਹਨਾਂ ਹੀ ਉੱਠ ਉੱਠ ਕੇ ਆਉਂਦਾ ਹੈ ਉਹ ਨਹੀਂ ਸਿੰਘ ਜੂਰ ਮੈਂ ਨਿੱਤਰ ਦੇ ਮੈਦਾਨ ਵਿੱਚ ਸ਼ਹੀਦੀਆਂ ਪਾਣ ਲਈ ਇਸ ਕਰਕੇ ਸਾਨੂੰ ਮਾਰਨ ਵਾਲੇ ਮਰ ਜਾਂਦੇ ਐ ਅਸੀਂ ਮਰਦੇ ਨਹੀਂ ਹਾਂ ਕਿਉਂ ਮੌਤ ਦਾ ਡਰ ਜਦੋਂ ਉੱਤਰ ਜਾਵੇ ਉਦੋਂ ਫਿਰ ਕੋਈ ਮਾਰ ਨਹੀਂ ਸਕਦਾ ਮਾਰ ਉਹਨਾਂ ਚਿਰ ਸਕਦਾ ਜਿੰਨਾ ਚਿਰ ਮੌਤ ਦਾ ਡਰ ਹੈ ਜਦੋਂ ਮੌਤ ਦਾ ਡਰ ਲੈ ਗਿਆ ਫਿਰ ਕੌਣ ਮਾਰ ਸਕਦਾ ਧੰ ਬਾਬਾ ਸੱਚੇ ਪਾਤਸ਼ਾਹ ਦੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜਿਉਂਦੇ ਐ ਤੇ ਸਾਧ ਸੰਗਤ ਜੀ ਸਰਹੰਦ ਦਾ ਸੂਬਾ ਕਦੋਂ ਦਾ ਮਰ ਚੁੱਕਾ ਹੈ ਸਾਹਿਬ ਜਾਦਿਆਂ ਦੇ ਗੁੰਬਜ ਸੋਨੇ ਦੇ ਦਿਸਕਦੇ ਆ ਫਤੇਗੜ ਸਾਹਿਬ ਸੂਬੇ ਦੀ ਕਬਰ ਵੀ ਕੋਈ ਪਤਾ ਨਹੀਂ ਕਿੱਥੇ ਗਈ ਹੈ ਇਸ ਕਰਕੇ ਇਹ ਜਿਹੜੀ ਮੌਤ ਤੋਂ ਬੇਪਰਵਾਹੀ ਹੈ ਨਾ ਇਹ ਹਰ ਜੰਗ ਜਿੱਤ ਲੈਂਦੀ ਹੈ ਤੇ ਜੇ ਤੁਸੀਂ ਕਹੋ ਵੀ ਆਪਾਂ ਮੌਤ ਤੋਂ ਵੀ ਥਰ-ਥਰ ਕੰਬੀ ਜਾਈਏ ਤੇ ਜੰਗ ਵੀ ਆਪਾਂ ਜਿੱਤ ਲਈਏ ਫੇਰ ਖਾਲਸਾ ਜੀ ਚੋਪੜੀਆਂ ਤੇ ਦੋ ਦੋ ਇਹਨਾਂ ਵਿੱਚ ਚੋਪੜੀਆਂ ਵੀ ਦੇ ਦੋ 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 ਇਦਾਂ ਛੋੜਾ ਹੁੰਦੀਆਂ ਚੋਪੜੀਆਂ ਵੀ ਹੋਣ ਤੇ ਹੁਣ ਵੀ ਦੋ ਦੋ ਇੱਕੋ ਹੀ ਕੰਮ ਹੋਣਾ ਜਾਂ ਆਪਣੀ ਜਾਨ ਬਚਾ ਲਓ ਤੇ ਜਾਂ ਜੰਗ ਫਤਿਹ ਕਰ ਲਓ ਸੋ ਉਹ ਫਕੀਰ ਸਨ ਬੇਪਰਵਾ ਔਰੰਗਜ਼ੇਬ ਤੋਂ ਡਰੇ ਨਹੀਂ ਔਰੰਗਜ਼ੇਬ ਨੂੰ ਸੋਚਣਾ ਪੈ ਗਿਆ ਹੱਥ ਤੇ ਰਹਿ ਪੰਥ ਅਸ ਅਹੇ ਕਹਿੰਦੇ ਬੜੇ ਢੀਠ ਬੰਦੇ ਨੇ ਫਕੀਰ ਬੇਨਵੇਂ ਹਠੀਏ ਨੇ ਢੀਠ ਜਿੱਦੀ ਨੇ ਇਹਨਾਂ ਨੇ ਫਿਰ ਅੜਨਾ ਹੀ ਆ ਸਾਡੇ ਨਾਲ ਉਹ ਨਵਾਂ ਫਤੂਰ ਪਾ ਦੇਣਗੇ ਛੱਡੋ ਪਰ ਇਹਨਾਂ ਨੂੰ ਆਪਾਂ ਇਹਨਾਂ ਤੋਂ ਕੀ ਲੈਣਾ ਮੰਨ ਦੇ ਮੰਨਣ ਸ਼ਰਾਂ ਨੂੰ ਨਹੀਂ ਮੰਨ ਦੇ ਨਾਮ ਮੰਨਣ ਇਨ ਕੋ ਤਿਆਗ ਹ ਕਛ ਨਹ ਕਹੋ ਉਸ ਜਨ ਕਾ ਉਹਨਾਂ ਨੂੰ ਛੱਡ ਦਿਓ ਢੀਠ ਮੂੜਤਾ ਮੈਂ ਬਦਲਹੋ ਇਹ ਮੂਰਖ ਨੇ ਇਹ ਢੀਠ ਨੇ ਇਹ ਕਿਸੇ ਦੀ ਗੱਲ ਸਮਝਣ ਵਾਲੇ ਬੰਦੇ ਨਹੀਂ ਹਨ ਇਸ ਤਰ੍ਹਾਂ ਔਰੰਗਜ਼ੇਬ ਨੇ ਕਹਿ ਕੇ ਆਪਣੇ ਖਿਆਲ ਬਦਲ ਲਏ ਦੇਸ਼ ਦੇਸ਼ ਤੇ ਇਹ ਚਲ ਆਏ ਜੇ ਮੈਂ 2-400 ਮਾਰ ਦਿੱਤੇ ਇਹ ਦੇਸਾਂ ਦੇਸਾਂ ਤੋਂਰੇ ਆਉਣਗੇ ਹੋਏ ਸਮੂਹ ਫਤੂਰ ਉਠਾਏ ਇਕੱਠੇ ਹੋ ਕੇ ਫਤੂਰ ਪਾਣਗੇ ਲੋਕਾਂ 'ਚ ਗਲਤ ਪ੍ਰਚਾਰ ਕਰਨਗੇ ਸਰਕਾਰ ਨੂੰ ਨੁਕਸਾਨ ਪਹੁੰਚਾਣਗੇ ਬਚੇ ਬੇਨਵਾ ਇਮ ਚੱਲ ਗਏ ਇਸ ਤਰ੍ਹਾਂ ਸਾਧ ਸੰਗਤ ਦੀ ਇੱਕ ਬੇਨਵੇਂ ਫਕੀਰ ਨੇ ਆਪਣੇ ਸਾਥੀ ਦੂਜੇ ਵੀ ਬਚਾਲ ਲਏ ਮਨੋਹਕਰਤੇ ਸ਼ੂਟਤ ਪਏ ਤੇ ਛੁੱਟ ਕੇ ਬਾਦਸ਼ਾਹ ਔਰੰਗਜ਼ੇਬ ਕੋਲੋਂ ਆਪਣੇ ਕੰਮ ਜਾ ਲੱਗੇ ਭਾਵ ਜਿੱਥੇ ਆਪਣੇ ਆਪਣੇ ਡੇਰਿਆਂ 'ਚ ਤੱਕੀਆਂ 'ਚ ਰਹਿੰਦੇ ਸਨ ਉੱਥੇ ਜਾ ਕੇ ਆਪਣੇ ਤਰੀਕੇ ਨਾਲ ਉਹਨਾਂ ਦੀ ਇਬਾਦਤ ਆਪਣੀ ਹੈ ਕੋਈ ਕਿਸੇ ਤਰ੍ਹਾਂ ਕਰਦਾ ਹੈ ਕੋਈ ਕਿਸੇ ਤਰ੍ਹਾਂ ਕਰਦਾ ਹੈ ਸਾਧ ਸੰਗਤ ਜੀ ਇਬਾਦਤ ਕਦੀ ਕਿਸੇ ਦੇ ਥੋਪੀ ਨਹੀਂ ਜਾ ਸਕਦੀ ਕਿਸੇ ਉੱਤੇ ਵੀ ਕੋਈ ਮਰਜ਼ਾਦਾ ਨੀਯਮ ਵੀ ਆ ਤੂੰ ਇਦਾਂ ਇਤਨੇ ਏਮਕਾਰ ਤੂੰ ਇਦਾਂ ਕਰ ਨਹੀਂ ਜਿੱਦਾਂ ਵਾਹਿਗੁਰੂ ਨੇ ਕਿਸੇ ਦੇ ਅੰਦਰ ਪ੍ਰਕਾਸ਼ ਪਾਣਾ ਹੈ ਅਨੁਭਵ ਪਾਣਾ ਹੈ ਉਦਾਂ ਨਹੀਂ ਹੋਣੀ ਹੈ ਇਹ ਠੀਕ ਹੈ ਵੀ ਲਾਗ ਲੱਗਦੀ ਹੈ ਸੰਤਾ ਮਹਾਪੁਰਸ਼ਾਂ ਗੁਰਸਿੱਖਾਂ ਤੋਂ ਜੀਵਨ ਸਿੱਖਣਾ ਪੈਂਦਾ ਹੈ ਸ਼ੁਰੂਆਤ ਵਾਸਤੇ ਜੋ ਕੋਈ ਸਿਆਣੇ ਕਹਿਣ ਉਹ ਕਰਨਾ ਪੈਂਦਾ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਇਆ ਤੈ ਕਰਮੈ ਨਾਸ ਕਹਿੰਦੇ ਗਿਆਨ ਦੇ ਵਾਸਤੇ ਕਰਮ ਕਰਨਾ ਪੈਂਦਾ ਜਦੋਂ ਗਿਆਨ ਹੋ ਜਾਂਦਾ ਫਿਰ ਕਰਮ ਮਿਟ ਜਾਂਦਾ ਹੈ ਹਾਂਜੀ ਤੇ ਆਦਿਕ ਤੌਰ ਕਨ ਸੰਗ ਬਾਦਿਆ ਇਸ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਨੇ ਤੁਰਕਾਂ ਨਾਲ ਝਗੜੇ ਕੀਤੇ ਮੁਸਲਮਾਨ ਫਕੀਰਾਂ ਨੂੰ ਵੀ ਦੁੱਖ ਦਿੱਤੇ ਹਨ ਨੌਰੰਗ ਮਹਾਮੂੜ ਪਰਮਾਦਿਆ ਭਾਈ ਸਾਹਿਬ ਜੀ ਲਿਖਦੇ ਮਹਾਮੂਰਖ ਸੀਗਾ ਔਰੰਗਜ਼ੇਬ ਜਿਹੜਾ ਬਿਨਾਂ ਮਤਲਬ ਦੀਆਂ ਜਿਹੜੀਆਂ ਗੱਲਾਂ ਨੇ ਜਦੋਂ ਰਾਜਨੀਤਿਕ ਲੋਕ ਭਵੇਂ ਸਾਧ ਸੰਗਤ ਜੀ ਉਹ ਕਿਸੇ ਧਰਮ ਦਾ ਹੋਵੇ Hindu ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਸਿੱਖ ਹੋਵੇ ਉਹਵੇਂ ਰਾਜਨੀਤਿਕ ਤੇ ਲੋਕਾਂ ਦੇ ਧਰਮ ਵਿੱਚ ਦਖਲ ਦੇਣ ਲੱਗ ਜਾਵੇ ਲੋਕਾਂ ਦੇ ਪਰਸਨਲ ਮਾਮਲਿਆਂ 'ਚ ਨਿੱਜੀ ਮਾਮਲਿਆਂ ਵਿੱਚ ਉਹ ਕਰਨ ਲੱਗ ਜਾਵੇ ਵੀ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਗੁਰਦੁਆਰੇ 'ਚ ਇਦਾਂ ਇਹ ਬਾਣੀ ਪੜੋ ਆ ਨਾ ਪੜੋ ਅੱਜ ਕੱਲ ਸਾਡੇ ਸਿੱਖਾਂ 'ਚ ਵੀ ਹੈ ਸਾਨੂੰ ਕਈ ਵਾਰੀ ਪਹਿਲਾਂ ਹੀ ਕਹਿ ਦੇ ਨੇ ਗਿਆਨੀ ਜੀ ਦਸਮ ਦੀ ਗੱਲ ਨਾ ਕਰਿਆ ਜੇ ਕੋਈ ਮੈਂ ਕਿਹਾ ਹੋਰ ਕੁਰਾਨ ਦੀ ਕਰੀਏ ਦੱਸੋ ਦਸਮ ਪਾਸ਼ਾ ਦੀ ਬਾਣੀ ਦੀ ਗੱਲ ਨਾ ਕਰਿਆ ਜੇ ਮੈਂ ਕਿਹਾ ਹੋਰ ਬਾਈਬਲ ਦੀ ਕਰੀਏ ਪਤਾ ਨਹੀਂ ਕੀ ਹੋ ਗਿਆ ਆਹ ਗ੍ਰੰਥ ਦੀ ਕਥਾ ਨਹੀਂ ਕਰਨੀ ਤੇ ਸਾਡਾ ਇੱਕ ਸਿੰਘ ਉਹ ਕਹਿੰਦਾ ਵੀ ਮੈਂ ਕੀਤੀ ਸਾਰੀ ਦਸਮ ਪਾਸ਼ਾ ਦੀ ਬਾਣੀ ਤੇ ਪਿਛੋਂ ਕਹਿੰਦੇ ਗਿਆਨੀ ਜੀ ਬੜਾ ਆਨੰਦ ਆਇਆ ਕਹਿੰਦੇ ਤੇ ਉਹ ਕਹਿੰਦਾ ਜਿਹੜੀ ਮੈਂ ਸੁਣਾਈ ਉਹ ਦਸਮ ਚੋਂ ਹੀ ਸੁਣਾਈ ਹੈ ਪਤਾ ਨਹੀਂ ਕੀ ਹੋ ਗਿਆ ਖਾਲਸਾ ਜੀ ਸਾਡੇ ਉੱਤੇ ਇੰਨੀਆਂ ਪਾਬੰਦੀਆਂ ਲਾ ਦਿੰਦੇ ਇਹ ਇਹ ਧਰਮ ਵਿੱਚ ਦਖਲ ਹੈ ਤੇ ਜਦੋਂ ਧਰਮ ਵਿੱਚ ਕੋਈ ਦਖਲ ਦਿੰਦਾ ਹੈ ਨਾ ਉਦੋਂ ਫਿਰ ਬਗਾਵਤਾਂ ਹੁੰਦੀਆਂ ਉਦੋਂ ਫਿਰ ਕਲੇਸ਼ ਹੁੰਦੇ ਆ ਉਦੋਂ ਫਿਰ ਸ਼ਹੀਦੀਆਂ ਹੁੰਦੀਆਂ ਬੜਾ ਕੁਝ ਹੁੰਦਾ ਸੋ ਧਰਮ ਦੇ ਵਿੱਚ ਦਖਲ ਜਦੋਂ ਕੋਈ ਬਾਦਸ਼ਾਹ ਦਵੇਗਾ ਕੋਈ ਸਰਕਾਰ ਦਵੇਗੀ ਕੋਈ ਕਾਨੂੰਨ ਦਵੇਗਾ ਉਸ ਵੇਲੇ ਫਿਰ ਉਹ ਬੰਦਾ ਸਮਝੋ ਮੂਰਖਤਾ ਕਰ ਰਿਹਾ ਭਾਵੇਂ ਕੋਈ ਵੀ ਹੈ ਧਰਮ ਦੇ ਮਾਮਲੇ ਇੰਡੀਵਿਜੁਅਲ ਹਨ ਆਪੋ ਆਪਣੇ ਤਰੀਕੇ ਨਾਲ ਭਗਤੀ ਲੋਕ ਕਰਦੇ ਨੇ ਕਿਸੇ ਨੂੰ ਥੋਪੀ ਨਹੀਂ ਜਾ ਸਕਦੀ ਜ਼ਬਰਦਸਤੀ ਵੀ ਆ ਪੜ੍ਹ ਤਿਆ ਨਾ ਪੜ੍ਹ ਆ ਕਰ ਤਿਆ ਨਾ ਕਰ ਇਦਾਂ ਪੂਜਾ ਕਰ ਇਦਾਂ ਨਾ ਕਰ ਇਹ ਨਹੀਂ ਇਹ ਤੁਹਾਡੀ ਆਤਮਾ ਦੀ ਅੰਦਰਲੀ ਆਵਾਜ਼ ਹੁੰਦੀ ਇਹੀ ਤਾਂ ਆਜ਼ਾਦੀ ਹੁੰਦੀ ਰੱਬ ਨੂੰ ਮਿਲਣ ਵਾਸਤੇ ਕਾਨੂੰਨ ਜਿਹੜਾ ਹੈ ਉਹ ਉਹਨਾਂ ਕੰਮਾਂ ਲਈ ਆ ਵੀ ਕੋਈ ਚੋਰੀ ਨਾ ਕਰੇ ਕੋਈ ਡਾਕਾ ਨਾ ਮਾਰੇ ਕੋਈ ਕਿਸੇ ਦੇ ਘਰ 'ਚ ਨੁਕਸਾਨ ਨਾ ਕਰੇ ਕਿਸੇ ਨੂੰ ਕੋਈ ਕੋਈ ਸੱਟ ਫੇਟ ਨਾ ਮਾਰੇ ਕੋਈ ਐਕਸੀਡੈਂਟ ਨਾ ਕਰੇ ਉਹਦੇ ਵਾਸਤੇ ਕਾਨੂੰਨ ਹੈ ਪਰ ਜੇ ਆਪਾਂ ਕਹੀਏ ਵੀ ਪੂਜਾ ਪਾਠ ਤੇ ਕਾਨੂੰਨ ਲਾਗੂ ਕਰਾਂਗੇ ਫੇਰ ਗਲਤ ਹੈ ਔਰੰਗਜ਼ੇਬੇ ਕੰਮ ਕਰਦਾ ਸੀ ਤੋ ਇਸ ਕਰਕੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਨਾਲ ਟਕਰਾ ਗਏ ਕਹਿਣ ਲੱਗੇ ਜਿਹੜਾ ਕੰਮ ਤੂੰ ਕਰਾਉਣਾ ਚਾਹੁੰਦਾ ਹੋਣ ਨਹੀਂ ਦੇਾਂਗੇ ਜਾ ਲਾਲਾ ਜੋਰ ਜਿਹੜਾ ਤੂੰ ਲਾਣਾ ਤੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕਿਨੋ ਬੜੋ ਕਲੂ ਮੈਸਾਕਾ ਧਰਮ ਹੇਤ ਸਾਾਕਾ ਜਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ ਹਾਂਜੀ ਉਹਨੇ ਹਿੰਦੂਆਂ ਪਰ ਤਰਕ ਬਡਾਈ ਤੁਰਕਾਂ ਨੂੰ ਮੁਸਲਮਾਨਾਂ ਨੂੰ ਤਾਂ ਇਹਨੇ ਤੰਗ ਕੀਤਾ ਹੁਣ ਹਿੰਦੂਆਂ ਦੇ ਮਗਰ ਪੈ ਗਿਆ ਕਹਿੰਦਾ ਹਿੰਦੂ ਫਿਰਦੇ ਬੜੇ ਪੱਥਰਾਂ ਦੀ ਪੂਜਾ ਕਰਦੇ ਆ ਇਨਾਂ ਨੂੰ ਸਿੱਧੇ ਕਰੀਏ ਬੁੱਤ ਪੂਜਤ ਇਨ ਸਮਝ ਨਾ ਕਾਈ ਰੰਗਜੀਵ ਕਹਿੰਦਾ ਇਹ ਤਾਂ ਬੁੱਤਾਂ ਨੂੰ ਹੀ ਪੂਜੀ ਜਾਂਦੇ ਆ ਮੂਰਤੀਆਂ ਨੂੰ ਪੂਜੀ ਜਾਂਦੇ ਨੇ ਸਮਝ ਕੋਈ ਨਹੀਂ ਐ ਥਾਨ ਥਾਨ ਮੰਦਰ ਬਹ ਕਰੇ ਥਾਂ ਥਾਂ ਤੇ ਮੰਦਰ ਬਣਾ ਲੈਂਦੇ ਨੇ ਕਿਤੇ ਸ਼ਿਵ ਜੀ ਦਾ ਕਿਤੇ ਰਾਮਚੰਦਰ ਦਾ ਕਿਤੇ ਕ੍ਰਿਸ਼ਨ ਦਾ ਕਿਤੇ ਕਿਸੇ ਹੋਰ ਦੇਵੀ ਦੇਵਤੇ ਦਾ ਮੰਦਰ ਬਣਾ ਕੇ ਪੂਜਦੇ ਨੇ ਘਰ ਘਰ ਪੱਥਰ ਘਰ ਘਰ ਧਰੇ ਸਾਧਾ ਤੇ ਪੱਥਰ ਘੜ ਘੜ ਕੇ ਇਹਨਾਂ ਨੇ ਮੂਰਤੀਆਂ ਬਣਾਈਆਂ ਹੋਈਆਂ ਨੇ ਤੇ ਉਹ ਪੂਜਦੇ ਨੇ ਚੰਦਨ ਫੁੱਲ ਲਾਏ ਕਨਸਾਰਾ ਉਹਨੂੰ ਪੱਥਰਾਂ ਨੂੰ ਚੰਦਨ ਦੇ ਨਾਲ ਸੁਗੰਧੀ ਵਾਲੀਆਂ ਚੀਜ਼ਾਂ ਦੇ ਨਾਲ ਪੂਜਦੇ ਨੇ ਫੁੱਲ ਚੜ੍ਹਾਉਂਦੇ ਨੇ ਕੇਸਰ ਦਾ ਤਿਲਕ ਲਾਉਂਦੇ ਨੇ ਪੱਥਰਾਂ ਦੇ ਉੱਤੇ ਬਾਰ ਪਖਾਰ ਹੈ ਬਾਰੰਬਾਰਾ ਤੇ ਰੋਜ਼ ਕੱਚੀ ਲੱਸੀ ਨਾਲ ਧੁੰਦੇ ਨੇ ਉਹਨਾਂ ਨੂੰ ਪਾਣੀ ਦੇ ਨਾਲ ਗੰਗਾ ਜਲ ਦੇ ਨਾਲ ਇਸ਼ਨਾਨ ਕਰਾਉਂਦੇ ਨੇ ਪੱਥਰਾਂ ਨੂੰ ਧੋਏ ਬਤਨ ਕੋ ਪੀਵਹਿ ਪਾਣੀ ਤੇ ਉਹਨਾਂ ਬੁੱਤਾਂ ਨੂੰ ਪੱਥਰਾਂ ਨੂੰ ਧੋ ਕੇ ਉਹਦਾ ਪਾਣੀ ਜਿਹੜਾ ਚਰਨਮਤ ਉਹ ਪੀਂਦੇ ਨੇ ਝੂਠੋ ਅੰਤਰ ਹੈ ਅਗਵਾਨੀ ਐਵੇਂ ਹੀ ਰੋਟੀ ਅੱਗੇ ਰੱਖ ਕੇ ਕਹਿੰਦੇ ਪਠਾਕਰ ਨੂੰ ਭੋਗ ਲਾਣਾ ਹੈ ਤੇ ਉਹ ਫਿਰ ਪਿਛੋਂ ਟੱਲੀ ਖੜਕਾ ਕੇ ਆਪ ਹੀ ਖਾ ਲੈਂਦੇ ਨੇ ਪੱਥਰ ਕਿੱਥੇ ਖਾਂਦੇ ਨੇ ਇਹ ਬਹਾਮਣਾ ਨੇ ਖਾਣ ਪੀਣ ਦਾ ਢੰਗ ਬਣਾਇਆ ਹੋਇਆ ਹੈ। ਪੁਨਹ ਉਠਾਏ ਆਪਲੇ ਖਾਹੇ। ਫਿਰ ਆਪ ਵੀ ਚੁੱਕ ਕੇ ਖਾ ਲੈਂਦੇ ਨੇ ਠਾਕਰ ਨੂੰ ਭੋਗ ਲਾਣ ਦਾ ਤਾਂ ਬਹਾਨਾ ਹੀ ਕਰਦੇ ਨੇ। ਇਸਤੇ ਕਹਾ ਪੈਸਤ ਹਮ ਜਾਹੇ। ਕਹਿੰਦੇ ਅਸੀਂ ਪੈਸਤ ਨੂੰ ਜਾਵਾਂਗੇ, ਸਵਰਗਾਂ ਨੂੰ ਜਾਵਾਂਗੇ, ਭਗਵਾਨ ਕੋਲ ਜਾਵਾਂਗੇ। ਮਿਲ ਕਾਜੀ ਮੁੱਲਾ ਸਮਦਾਏ। ਇਹ ਗੱਲ ਕਾਜ਼ੀਆਂ ਮੁੱਲਾਂ ਨੇ ਇੱਕ ਬਾਦਸ਼ਾਹ ਔਰੰਗਜ਼ੇਬ ਦੇ ਕੰਨ 'ਚ ਪਾਈ। ਭਈ ਆਪਾਂ ਹਿੰਦੂਆਂ ਨੂੰ ਸਿੱਧੇ ਕਰੀਏ ਹਿੰਦੂਆਂ ਨੂੰ ਕਾਬੂ ਕਰੀਏ ਇਹਨਾਂ ਨੂੰ ਮੁਸਲਮਾਨ ਬਣਾਈਏ ਨੌਰੰਗ ਕੋ ਕਹ ਕਹ ਸਮਝਾਏ ਕਨ ਭਰ ਭਰ ਕੇ ਔਰੰਗਜ਼ੇਬ ਦੇ ਕਾਜ਼ੀਆਂ ਬੁਲਾਣਿਆਂ ਨੇ ਸ਼ਰਹਾਂ ਦੀਆਂ ਕਿਤਾਬਾਂ ਪਹਿਲਾਂ ਹੀ ਤਿਆਰ ਕੀਤੀਆਂ ਹੋਈਆਂ ਸਨ ਵੀ ਜਦੋਂ ਔਰੰਗਜ਼ੇਬ ਬਾਦਸ਼ਾਹ ਬਣਨਾ ਆਪਾਂ ਆਹ ਕੰਮ ਕਰਾਣੇ ਆ ਉਹਦੇ ਕੋਲ ਫਿਰ ਜਾ ਜਾ ਕੇ ਸਾਰੇ ਕੱਟੜ ਪੰਥੀ ਮੁਸਲਮਾਨ ਕਾਜ਼ੀ ਮੁੱਲਾ ਉਦੇ ਕੰਨ ਭਰਦੇ ਹਨ ਆਲਮਗੀਰ ਹਤ ਇੱਕ ਕਹਿ ਲੱਗੇ ਤੂੰ ਇੱਕੋ ਹੀ ਆਲਮਗੀਰ ਹੈ ਇੱਕੋ ਹੀ ਆਲਮਗੀਰ ਦਾ ਮਤਲਬ ਹੁੰਦਾ ਵੀ ਸਾਰੀ ਦੁਨੀਆ ਦਾ ਬਾਦਸ਼ਾਹ ਔਰੰਗਜ਼ੇਬ ਦੇ ਕਈ ਨਾਮ ਸਾਹਸੰਗਤ ਜੀ ਜਿਹੜੇ ਉਹਨੇ ਰੱਖੇ ਹੋਏ ਨੇ ਔਰੰਗਜ਼ੇਬ ਆਲਮਗੀਰ ਖਾਸ ਕਰਕੇ ਇਹ ਉਹਦਾ ਨਾਮ ਤਖੱਲਸ ਹੈ ਉਹਦਾ ਅਸਲੀ ਨਾਮ ਤਾਂ ਮੁਜ਼ਮਮਦੀਨ ਸੀਗਾ ਬਾਅਦ ਵਿੱਚ ਨਾਮ ਦੇ ਅੱਗੇ ਅੱਗੇ ਕਿੰਨਾ ਕੁਝ ਜੋੜਿਆ ਹੋਇਆ ਉਦੇ ਵਿੱਚ ਔਰੰਗਜ਼ੇਬ ਜਿਹੜਾ ਉਹਦਾ ਮਤਲਬ ਹੀ ਜਿਹੜਾ ਤਖਤ ਨੂੰ ਤਾਜ ਨੂੰ ਸ਼ੋਭਾ ਦੇਣ ਵਾਲਾ ਹੈ ਤੇ ਦੂਜਾ ਅਰਥ ਹੈ ਆਲਮਗੀਰ ਕੁਲ ਆਲਮ ਦਾ ਬਾਦਸ਼ਾਹ ਹੈ ਹਿੰਦੁਸਤਾਨ ਦਾ ਵੱਡਾ ਬਾਦਸ਼ਾਹ ਤੂੰ ਇੱਕੋ ਹੀ ਆਲਮਗੀਰ ਹੈ ਸਜ ਕਹ ਬੇ ਮਹ ਖਲਕ ਅਨੇਕ ਸਾਰੀ ਦੁਨੀਆ ਤੇਰੇ ਕਹਣੇ ਵਿੱਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਢਾਕੇ ਬੰਗਲੇ ਤੋਂ ਕਾਬਲ ਤੱਕ ਤੇਰਾ ਹੁਕਮ ਚੱਲਦਾ ਹੈ ਮਾਰਗ ਭਲੇ ਚਲਾਵਨ ਚਾਹੀਐ ਤੈਨੂੰ ਚਾਹੀਦਾ ਵੀ ਆਪਣੀ ਰૈયਤ ਨੂੰ ਆਪਣੀ ਪਬਲਿਕ ਨੂੰ ਆਪਣੇ ਦੇਸ਼ ਦੇ ਰਹਿਣ ਵਾਲੇ ਲੋਕਾਂ ਨੂੰ ਚੰਗੇ ਰਾਹ ਤੇ ਤੋਰੇ ਜਿਹੜਾ ਹਜ਼ਰਤ ਮੁਹੰਮਦ ਰਸੂਲ ਅੱਲਾਹ ਨੇ ਦੁਨੀਆ ਨੂੰ ਰਾਹ ਦੱਸਿਆ دین ਇਸਲਾਮ ਦਾ ਇਹਦੇ ਉੱਤੇ ਲੋਕਾਂ ਨੂੰ ਤੋਰ ਸਬਰ ਹੁਕਮ ਅਪਨਿਰਵਹੀਯਹ ਸਾਰਿਆਂ ਉੱਤੇ ਆਪਣਾ ਹੁਕਮ ਚਲਾ ਹੁਣ ਤੂੰ ਬਾਦਸ਼ਾਹ ਬਣ ਗਿਆ ਹੁਣ ਪਿਛਲੇ ਬਾਦਸ਼ਾਹਾਂ ਦੇ ਨਾਲ ਢਿੱਲ ਨਾ ਕਰੀਏ ਹੁਣ ਮੌਕਾ ਹੈ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾ ਦਈਏ ਸ਼ਰਾ ਦੀਨ ਪਰਤਾਵਨ ਕਰੀਏ ਔਰ ਆਪਾਂ ਦੀਨ ਦੀ ਸ਼ਰ੍ਹਾ ਵਧਾਈਏ ਇਸਲਾਮ ਦੀ ਸ਼ਰ੍ਹਾ ਲੋਕਾਂ ਦੇ ਲਾਗੂ ਕਰੀਏ ਆ ਜਿਹੜੇ ਕਾਫਰ ਹਿੰਦੂ ਨੇ ਇਹਨਾਂ ਨੂੰ ਆਪਾਂ ਕੁਫਰ ਚੋਂ ਕੱਢ ਕੇ ਪੱਥਰਾਂ ਦੀ ਪੂਜਾ ਚੋਂ ਕੱਢ ਕੇ ਤੇ ਇਹਨਾਂ ਨੂੰ ਅੱਲਾ ਦੀ ਬੰਦਗੀ ਕਰੀਏ ਨਮਾਜ਼ ਕਰਨ ਚ ਲਾਈਏ ਚਰਨ ਕਾਲ ਚਸ ਜਤ ਜਗ ਤੇਰੀ ਹੈ ਇਹਦੇ ਨਾਲ ਤੁਹਾਡਾ ਰਹਿੰਦੀ ਦੁਨੀਆ ਤੱਕ ਜਾਸ ਹੋਵੇਗਾ ਤੁਹਾਡਾ ਨਾਮ ਰਹੇਗਾ ਵੀ ਔਰੰਗਜ਼ੇਬ ਇੱਕ ਬਹੁਤ ਨੇਕ ਬੰਦਾ ਸੀ ਜਿਹਨੇ ਦੁਨੀਆ ਸਾਰੀ ਮੁਸਲਮਾਨ ਬਣਾ ਦਿੱਤੀ ਸਾਰੇ ਮੁਸਲਮਾਨ ਸਾਰੀ ਦੁਨੀਆ 'ਚ ਤੁਹਾਡਾ ਜਸ ਗਾਇਆ ਕਰਨਗੇ ਮਹਾਦੀਨ ਕੋ ਹੈ ਅਤ ਪਿਆਰ ਤੇ ਕਹਿਣ ਗਿਆ ਵੀ ਦੀਨ ਦਾ ਬੜਾ ਪੱਕਾ ਭਗਤ ਸੀਗਾ ਦੀਨ ਦਾ ਪਿਆਰਾ ਸੀ ਉਹਨੇ ਦੀਨ ਨੂੰ ਬਹੁਤ ਵਾਧਾ ਕੀਤਾ ਅਜੇ ਵੀ ਜਿਹੜੇ ਕੱਟੜ 2-4% ਮੁਸਲਮਾਨ ਇਹੋ ਜਿਹੇ ਵੀ ਮਿਲੇ ਹਨ ਸਾਧ ਸੰਗਤ ਜੀ ਜਿਹੜੇ ਔਰੰਗਜ਼ੇਬ ਨੂੰ ਬੜਾ ਵੱਡਾ ਵਧੀਆ ਮੰਨਦੇ ਨੇ ਇਦਕੀ ਅਸੀਂ ਔਰੰਗੇ ਦੇ ਦੀ ਕਬਰ ਤੇ ਗਏ ਆ ਬੱਚੇ ਵੀ ਨਾਲ ਹੀ ਸਿਖੇ ਤੇ ਉਹ ਉੱਥੇ ਕਾਜੀ ਮੁੱਲਾ ਉੱਥੇ ਜਿਹੜਾ ਬੈਠਾ ਤੇ ਉਹ ਲੱਗ ਪਿਆ ਰੰਗਜੀਬ ਦਾ ਇਤਿਹਾਸ ਸੁਣਾਣ ਤੇ ਉਹ ਗੱਲਾਂ ਗੱਲਾਂ ਚ ਉਹਨੂੰ ਪੁੱਛਿਆ ਵੀ ਉਹ ਆਪਣੇ ਭਰਾ ਕਿਉਂ ਮਾਰੇ ਸੀ ਉਹਨੇ ਉਹ ਪਿਓ ਕਿਉਂ ਮਾਰਿਆ ਸੀ ਉਹ ਤਾਂ ਜੀ ਰਾਜਨੀਤਿਕ ਕਾਰਨ ਥੇ ਅੱਛਾ ਫਿਰ 7 ਸਾਲ ਦੇ 9 ਸਾਲ ਦੇ ਬੱਚੇ ਕਿਉਂ ਮਾਰੇ ਸੀ ਫਿਰ ਉਹਨੂੰ ਕੋਈ ਜਵਾਬ ਨਹੀਂ ਆਇਆ ਕਿਉਂ ਕਹਿਣ ਲਗਾ ਉਹ ਐਸੇ ਹੈ ਹੋ ਜਾਂਦੀ ਹੈ ਗਲਤੀ ਹੋ ਜਾਂਦੀ ਹੈ ਫੁਲਾਣਾ ਹੋ ਜਾਂਦਾ ਕਿਉਂ ਉਹ ਲੋਕ ਜਿਹੜੇ ਨੇ ਨਾ ਅਜੇ ਵੀ ਉਹਦੀ ਤਾਰੀਫ ਕਰਦੇ ਜਿਹੜੇ ਕੱਟੜ ਇਸਲਾਮ ਦਾ ਚਾਹੁੰਦੇ ਆ ਵੀ ਸਾਰੇ ਪਾਸੇ ਮੁਸਲਮਾਨ ਹੀ ਹੋਣਾ ਚਾਹੀਦਾ ਦੂਜਾ ਦੇਖਣਾ ਹੀ ਨਹੀਂ ਚਾਹੀਦਾ ਜਿਹੜਾ ਗੁਰਬਾਣੀ ਚ ਬਚਨ ਆਇਆ ਨਾ Hindu Anna Turku Kana ਉਹ ਤੁਰਕੂ ਕਾਣਾ ਕਿਉਂ ਕਿਹਾ ਕਿਉਂਕਿ ਜਿਵੇਂ ਕਾਣਾ ਬੰਦਾ ਇੱਕ ਪਾਸੇ ਦੇਖਦਾ ਦੂਜੇ ਪਾਸੇ ਨਹੀਂ ਦੇਖਦਾ ਮੁਸਲਮਾਨ ਜਿਹੜੇ ਕੱਟੜ ਨੇ ਨਾ ਸਾਰੇ ਦਾ ਨਹੀਂ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਸਾਰੀਆਂ ਕੌਮਾਂ ਚ ਪੀਰ ਬੁੱਧੂ ਸ਼ਾਹ ਵੀ ਹੋਏ ਸਾਈ ਮੀਆਂ ਮੀਰ ਜੀ ਹੋਏ ਭਾਈ ਮਰਦਾਨਾ ਜੀ ਹੋਏ ਸਾਈ ਭੀਖਣ ਸ਼ਾਹ ਜੀ ਹੋਏ ਮਹਾਂਪੁਰਸ਼ਾਂ ਨੂੰ ਮੱਥਾ ਟੇਕਦੇ ਆ ਨਮਸਕਾਰ ਹੈ ਸਾਈ ਸੇਖ ਫਰੀਦ ਜੀ ਵਰਗਿਆਂ ਨੂੰ ਪਰ ਜਿਹੜੇ ਕਟੜ ਲੋਗ ਹੁੰਦੇ ਨੇ ਬੇਸਮਝ ਲੋਗ ਉਹਨਾਂ ਬਾਰੇ ਮਹਾਰਾ ਨੇ ਕਿਹਾ ਤੁਰਕੂ ਕਾਣਾ ਉਹ ਕਿਉਂ ਕਾਣਾ ਕਿਉਂਕਿ ਉਹਨੇ ਆਪਣੇ ਬੰਦਿਆਂ ਵੱਲ ਆਪਣੀ ਸਾਈਡ ਦੇਖਣਾ ਦੂਜੇ ਧਰਮ ਦੇ ਬੰਦਿਆਂ ਦੀ ਸਹੂਲਤ ਉਹਨਾਂ ਦੀ ਰਹਿਣ ਸਹਿਣ ਉਹਨਾਂ ਦੇ ਦੁੱਖ ਸੁੱਖ ਨਹੀਂ ਦੇਖਣਾ ਉਰੰਗਜੀਬ ਕਹਿੰਦਾ ਸੀ ਵੀ ਸਾਰੇ ਮੁਸਲਮਾਨ ਹੀ ਸੁਖੀ ਹੋਣੇ ਚਾਹੀਦੇ ਦੂਜਾ ਕੋਈ ਸੁਖੀ ਨਾ ਰਵੇ ਇਸ ਤਰ੍ਹਾਂ ਸਾਰੇ ਇਕੱਠੇ ਹੋ ਗਏ ਉਹਦੇ ਕੋਲ ਗਏ ਉਹਦੇ ਕੰਨ ਭਰ ਦਿੱਤੇ ਹਨ ਚੋਸਖ ਦੇ ਸਬਨ ਤੇ ਭਾਰੋ ਕਹਿਣ ਲੱਗੇ ਜੇ ਤੂੰ ਦੀਨ ਇਸਲਾਮ ਵਿੱਚ ਚੱਲੇਗਾ ਅੱਲਾ ਤੈਨੂੰ ਬੜੀਆਂ ਨਿਯਾਮਤਾਂ ਨਾਲ ਨਿਵਾਜੇਗਾ ਬੜੇ ਸੁਖ ਮਿਲਣਗੇ ਕੋਨਾ ਦੀਨ ਮਹਿ ਤੁਜ ਸੰਪਯ ਤੇਰੇ ਵਰਗਾ ਦੀਨ ਵਿੱਚ ਕੋਈ ਹੋਇਆ ਹੀ ਕੋਈ ਨਹੀਂ ਪੰਪੀ ਇੰਨਾ ਮਾਰਤਾ ਇੰਨੀ ਹਵਾ ਦੇਹਤੀ ਉਰੰਗਜੀਬ ਨੂੰ ਵੀ ਉਹ ਇਹ ਸਮਝਣ ਲੱਗ ਪਿਆ ਵੀ ਮੈਂ ਹੀ ਹੋਇਆ ਹੁਣ ਦੁਨੀਆ ਸਾਰੀ ਨੂੰ ਤਾਰਨ ਵਾਲਾ ਦੁਨੀਆ ਨੂੰ ਮੈਸੇਜ ਦੇ ਰਹਾ ਬਾਦਿਆਂਗਾ ਮੇਰੇ ਕੋਲ ਹੁਣ ਤਾਕਤ ਆ ਗਈ ਹੈ ਤੇ ਮੈਨੂੰ ਇਸਲਾਮ ਦਾ ਗਿਆਨ ਵੀ ਪੂਰਾ ਹੈ ਸਭ ਤੋਂ ਵੱਡੀ ਸਾਹਸੰਗਤ ਜੀ ਜਿਹੜੀ ਬੰਦੇ ਦੇ ਅੰਦਰ ਭੈੜੀ ਬਾਦੀ ਹੈ ਨਾ ਉਹ ਇਹ ਹੁੰਦੀ ਹੈ ਵੀ ਇਹ ਬੰਦੇ ਨੂੰ ਵਹਿਮ ਪੈ ਜਾਣਾ ਵੀ ਮੈਨੂੰ ਸਾਰਾ ਪਤਾ ਹੈ ਸਹੀ ਪਤਾ ਮੈਨੂੰ ਹੈ ਸਾਰੇ ਵਿਚਾਰ ਜਿਹੜੀ ਸਹੀ ਹੈ ਮੇਰੇ ਕੋਲ ਹੈ ਬਾਕੀ ਲੋਕ ਜਿਹੜੇ ਨੇ ਉਹ ਤੇ ਐਵੇਂ ਹੀ ਨੇ ਸੋ ਜਿਹੜੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਉਹ ਬੰਦੇ ਦੂਜਿਆਂ ਦੇ ਧਰਮ ਨੂੰ ਦੂਜਿਆਂ ਦੀ ਜਾਨ ਮਾਲ ਨੂੰ ਖਤਰਾ ਬਣ ਜਾਂਦੇ ਔਰੰਗਜ਼ੇਬ ਬਣ ਗਿਆ ਖਵਾ ਹੈ ਨਹ ਹ ਕਬ ਹ ਨ ਹੋਇਓ ਉਹ ਕਹਿੰਦੇ ਨੇ ਤੇਰੇ ਵਰਗਾ ਨਾ ਪਹਿਲਾਂ ਹੋਇਆ ਤੇ ਨਾ ਕੋਈ ਅੱਗੇ ਨੂੰ ਹੋਣਾ ਹੀ ਐ ਜੋ ਕਛ ਕਹ ਰਿਓ ਚਾਹ ਜਗ ਮਾਹੀ ਜੋ ਤੂੰ ਕੋਈ ਕਰਨਾ ਚਾਹੁੰਦਾ ਨਾ ਆਪਣੀ ਜ਼ਿੰਦਗੀ ਚ ਕਰ ਲੈ ਹੁਣ ਤੈਨੂੰ ਅੱਲਾ ਨੇ ਰਾਜ ਦੇਤਾ ਤੇ ਹੁਣ ਜਿੰਨੇ 10 20 50 ਸਾਲ ਤੂੰ ਰਾਜ ਕਰਨਾ ਇਸ ਸਮੇਂ ਦੇ ਅੰਦਰ ਅੰਦਰ ਤੂੰ ਸਾਰਾ ਹਿੰਦੁਸਤਾਨ ਮੁਸਲਮਾਨ ਬਣਾ ਦੇ ਸੋਹੇ ਸੱਚ ਅਨਥਾ ਨਾਹੀ ਹਾਂ ਜੋ ਤੂੰ ਚਾਹੇਗਾ ਹੋ ਜਾਣਾ ਕਿਉਂਕਿ ਤੇਰਾ ਕਹਿਣਾ ਕੌਣ ਮੋੜ ਸਕਦਾ ਤੇਰੇ ਅਗੇ ਕੋਈ ਕੁਛ ਵੀ ਨਹੀਂ ਸਕਦਾ ਨਦੀ ਅਗਾਧ ਨੀਰ ਬੜ ਬਹੇ ਕਹਿੰਦੇ ਜਿਵੇਂ ਨਦੀ ਦੇ ਵਿੱਚ ਬੜਾ ਡੂੰਘਾ ਪਾਣੀ ਵਗਦਾ ਹੈ ਹੋਹੇ ਪਗਾਰ ਤੋਂ ਹੇ ਕੋ ਲਹੇ ਹਾਂਜੀ ਉਹ ਰੇ ਪਗਾਰ ਤੋ ਹੇ ਕੋ ਲਹੇ ਉਹ ਵੀ ਤੈਨੂੰ ਪੁੱਛ ਕੇ ਧੁਰਦਾ ਕਹਿੰਦੇ ਨਦੀ ਦਾ ਪਾਣੀ ਵੀ ਅੱਜ ਤਾਂ ਔਰੰਗਜ਼ੇਬ ਯਾਨੀ ਤੇਰੇ ਤੇਰੇ ਹੁਕਮ 'ਚ ਦਰਿਆ ਵੀ ਅੱਜ ਤੇਰੇ ਹੁਕਮ 'ਚ ਤੁਰਦੇ ਨੇ ਜਿਤ ਦਿਸ਼ ਰਿਸ ਕਰ ਕਰ ਹੈ ਚੜਾਈ ਅ ਜਿੱਧਰ ਤੂੰ ਮੂੰਹ ਕਰ ਲਵੇਂ ਚੜਾਈ ਕਰ ਲਵੇਂ ਤੇਰੇ ਅੱਗੇ ਕੋਈ ਠਹਿਰ ਨਹੀਂ ਸਕਦਾ ਤੇਰੇ ਅੱਗੇ ਕੋਈ ਖੰਗ ਨਹੀਂ ਸਕਦਾ ਤੂੰ ਐਡਾ ਵੱਡਾ ਬਾਦਸ਼ਾਹ ਹੈਂ ਤੇਰੇ ਤੋਂ ਚੀਨ ਵੀ ਡਰਦਾ ਤੇਰੇ ਤੋਂ ਅਰਬ ਵੀ ਡਰਦਾ ਤੇਰੇ ਤੋਂ ਸਾਰੀ ਦੁਨੀਆ ਡਰਦੀ ਹੈ ਹਰਥ ਹਰਥ ਰਹਿ ਨ ਸਕਾਈ ਉਹ ਤੇਰੇ ਸਾਹਮਣੇ ਕੋਈ ਠਹਿਰ ਨਹੀਂ ਸਕਦਾ ਅੜ ਨਹੀਂ ਸਕਦਾ ਪਾਇਨ ਪਰਹ ਉਪਾਇਨ ਅਨਹ ਵੱਡੇ ਵੱਡੇ ਰਾਜੇ ਮਹਾਰਾਜੇ ਤੇਰੇ ਅੱਗੇ ਭੇਟਾਂ ਵਾਂ ਚੜਾਉਂਦੇ ਨੇ ਹੁਕਮ ਆਪਕੋ ਸਿਰ ਪਰਮਾਨ ਹੈ ਤੁਹਾਡਾ ਹੁਕਮ ਤੇ ਸਾਰੀ ਦੁਨੀਆ ਮੰਦੀ ਹੈ ਸ਼ਹਿਨशाह ਬਾਦਸ਼ਾਹ ਸਲਾਮਤ ਤੁਸੀਂ ਹਿੰਦੂਆਂ ਨੂੰ ਨੱਥ ਪਾਓ ਇਹ ਕਾਫਰਾਂ ਨੂੰ ਮੁਸਲਮਾਨ ਬਣਾਓ ਛੇਤੀ ਛੇਤੀ ਸ਼ਤਰੂ ਹੋਇਆ ਨਾ ਸਕਿਆ ਜੱਗ ਕੋਈ ਹਾਂ ਫਿਰ ਕੋਈ ਸ਼ਤਰੂ ਦੁਨੀਆ ਤੇ ਰਹਿ ਨਹੀਂ ਸਕੇਗਾ ਕੋਈ ਹੋ ਨਹੀਂ ਸਕੇਗਾ ਹੋਏ ਜੋ ਖੰਡ ਖੰਡ ਤਨ ਸੋਈ ਜਿਹੜਾ ਕੋਈ ਤੁਹਾਡੇ ਸਾਹਮਣੇ ਖੜੇਗਾ ਵੀ ਉਹ ਟੋਟੇ ਟੋਟੇ ਕਰ ਦਿਆਂਗੇ ਮਾਰ ਕੇ ਸਿਰ ਵੱਢ ਦਿਆਂਗੇ ਉਹਦਾ ਦਰਗਮ ਤਾਨ ਦਰਗ ਸਭ ਮਾਰੇ ਹਾਂ ਵੱਡੇ ਵੱਡੇ ਕਿਲੇ ਔਖੇ ਜਿਹੜੇ ਸੀਗੇ ਉਹ ਤੁਸੀਂ ਫਤਿਹ ਕਰ ਲਏ ਨੇ ਤਦ ਪ੍ਰਤਾਪ ਜਸ ਫੈਲਿਓ ਸਾਰੇ ਔਰ ਤੁਹਾਡਾ ਪ੍ਰਤਾਪ ساری ਦੁਨੀਆ ਤੇ ਫੈਲ ਗਿਆ ਇਸ ਪ੍ਰਕਾਰ ਨਾਲ ਕਾਜੀ ਮੁਲਾਣੇ ਔਰੰਗਜੀਬ ਨੂੰ ਸਾਥ ਸੰਗਤ ਦੀ ਪੜ ਘਾ ਰਹੇ ਨੇ ਤੇ ਹੁਣ ਸਭ ਤੋਂ ਪਹਿਲਾਂ ਇਹਨਾਂ ਨੇ ਆਖਿਆ ਵੀ ਨੇੜੇ ਹੀ ਦਿੱਲੀ ਤੇ ਆਗਰੇ ਦੇ ਵਿਚਕਾਰ ਜਿਹੜੀ ਹਿੰਦੂਆਂ ਦੀ ਸਭ ਤੋਂ ਵੱਡੀ ਪੁਰੀ ਹੈ ਸੱਤਾਂ ਪੁਰੀਆਂ ਵਿੱਚੋਂ ਉਹ ਹੈ ਮਥਰਾ ਇਸ ਨੂੰ ਤਹਿਸ਼ਨਾਸ਼ ਕਰਨਾ 5000 ਮੰਦਰ ਹਨ ਮਥਰਾ ਦੇ ਵਿੱਚ ਗੋਬਰਤਨ ਬ੍ਰਿਜ ਗੋਕਲ 5000 ਮੰਦਰ ਢਾ ਦਿਓ ਕੋਈ ਹਿੰਦੂਆਂ ਦਾ ਟਿਕਾਣਾ ਮਥਰਾ ਦੇ ਲਾਗੇ ਨਾ ਰਹਿਣ ਦਿਓ ਇਹ ਔਰੰਗਜ਼ੇਬ ਦਾ ਹੁਕਮ ਜਾਰੀ ਹੋਵੇਗਾ ਕੱਲ ਨੂੰ ਆਪਾਂ ਕਥਾ ਸਰਵਣ ਕਰਾਂਗੇ ਕਿਸ ਤਰ੍ਹਾਂ ਮਥਰਾ ਦੇ ਮੰਦਰਾਂ ਵੱਲ ਬਾਦਸ਼ਾਹ ਨੇ ਚੜ੍ਹਾਈ ਕੀਤੀ ਉਸ ਤੋਂ ਬਾਅਦ ਫਿਰ ਹੋਰ ਪੁਸ਼ਕਰ ਅਜਮੇਰ ਇਦھر ਰਾਜਸਥਾਨ ਦੇ ਵਿੱਚ ਤੇ ਫਿਰ ਕਾਂਸੀ ਬਨਾਰਸ ਦੇ ਵਿੱਚ ਵਿਸ਼ਵਨਾਥ ਦਾ ਮੰਦਿਰ ਤੋੜ ਦਿੱਤਾ ਔਰੰਗਜ਼ੇਬ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਜਨਮ ਭੂਮੀ ਜਿਹਨੂੰ ਅੱਜ ਕੱਲ ਵੀ ਉਹ ਮਸਜਿਦ ਹੀ ਐ ਅਜੇ ਤੱਕ ਉਹ ਰੌਲਾ ਉਦਾਂ ਹੀ ਆ ਜੇ ਰਾਮਚੰਦਰ ਵਾਲੀ ਭੂਮੀ ਦਾ ਰੌਲਾ ਚੱਲ ਰਿਹਾ ਉਹ ਜਿਹੜਾ ਦੂਜਾ ਹੈ ਉੱਥੇ ਵੀ ਰੌਲਾ ਹੈ ਉਹ ਜਿਹੜੀ ਮਸਜਿਦ ਐ ਉਹ ਜਿੱਥੇ ਜਨਮ ਭੂਮੀ ਵਾਲੀ ਥਾਂ ਤੇ ਮਸਜਿਦ ਬਣਾਤੀ ਤੇ ਜਿੱਥੇ ਲੱਗੇ ਹੈ ਹੁਣ ਇਹ ਦੂਆਨੇ ਮੰਦਿਰ ਬਣਾਇਆ ਤਾਂ ਹੈ ਪਰ ਉਹ ਬਾਹਰ ਬਣਾਇਆ ਅਸਲੀ ਥਾਂ ਨਹੀਂ ਹੈ ਅਸਲੀ ਤੇ ਮਸੀਤ ਹੈ ਸੋ ਸਾਧ ਸੰਗਤ ਜੀ ਇਹ ਮੰਦਿਰ ਕਿਵੇਂ ਢਾਏਗਾ ਔਰੰਗਜ਼ੇਬ ਉਹ ਕਥਾ ਕਵੀ ਜੀ ਬਿਆਨ ਕਰਨਗੇ ਸੋ ਇਸ ਦੇ ਜੁਲਮਾਂ ਦੀ ਨੇਰੀ ਕਿਸ ਤਰ੍ਹਾਂ ਝੁੱਲੀ ਤੇ ਫਿਰ ਅਖੀਰ ਕਸ਼ਮੀਰੀ ਪੰਡਤਾਂ ਤੱਕ ਪਹੁੰਚੀ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਉਣਗੇ ਉਹ ਸਾਰਾ ਇਤਿਹਾਸ ਦਾ ਮੋੜ ਇਥੋਂ ਵੱਜਿਆ ਸੀ ਸੱਤਵੇਂ ਪਾਤਸ਼ਾਹ ਦੇ ਸਮੇਂ ਸਨ 1658 ਦੇ ਵਿੱਚ ਇਤਨੇ ਬਚਨ ਪ੍ਰਵਾਨ ਕਰਨੇ ਹੈ ਗੋਬਿੰਦ ਹੈ ਗੋਪਾ